ਪਿਆਰ ਨਿਸ਼ਾਨੀ ਛੱਲਾ ਮੋੜੀ ਨਾ ਟੁੱਟੇ ਦਿਲ ਨਿਜੁੜਦੇ ਅੜੀਏ ਤੋੜੀ ਨਾ ਬਦਗਾ ਚੂਰੀ ਖਾਲੀ ਗੋੜ ਖਾਦਾ ਤੇ ਮੁੜ ਕੇ ਵਸ ਪਤਨ ਦੇ ਵਧੀਆ ਬੋਲਿਆ ਚੱਲਿਆ ਮੇਰੇ ਨਾਲ ਮਮੀ ਮੈਂ ਚੜ ਪੈਣਾ ਤੇ ਵਸ ਸਾਡੀ ਗਲਤੀ ਹੀ ਰਹੀ ਅਸੀਂ ਵਾਰ ਨਹੀਂ ਖੜਕਾਇਆ ਕਿਹੜਾ ਪਤਾ ਸੀ ਪੁੱਤ ਨੇ ਹਕਮ ਕਰਨਾ ਰਾਤ ਨੂੰ ਰੱਬ ਵੀ ਜਾਣਦਾ ਜਾਉ ਨੂੰ ਪਤਾ ਜੀ ਨੇ ਆਪੇ ਆਵਦਾ ਗਲ ਘੁੱਟਾ ਕਿਦਾ ਘੁੱਟਣਾ ਜੀ ਕਰਦਾ ਕਿਰਾਂ ਨੂੰ ਤੋੜਾ ਸੀ ਕਸੇ ਦਾ ਬੰਤਮਨ ਵੀ ਆਇਆ ਕਰਦੇ ਸੀ ਇਹ ਘਰ ਚ ਭੋਗ ਤੇ ਬੋਲਿਆ ਪੁੱਤ ਵੀ ਮੈਂ ਸੋਲਾਂ ਰੱਖਦਾ ਹਾਂਗਾ ਬਾਈ ਦੀ ਕੋਈ ਵੀ ਯਾਦਗਾਰ ਬਣਾਉਣਾ ਮੁੜ ਕੇ ਤਨ ਪੁੱਤ ਕਹਿਣਾ ਨਹੀਂ ਗੱਲਾਂ ਹੁੰਦੀਆਂ ਮੁੜ ਕੇ ਨਾ ਆਇਆ ਤੇ ਨਾ ਕੋ ਗਿਆ ਹੈ ਨਾ ਜਾਣੀ ਮੁੰਡੇ ਦੇ ਮਨ ਤੇ ਤਾਂ ਬਹਿ ਬਹਿ ਗਿਆ ਨਾ ਪੁੱਤ ਵੀ ਖਣੀ ਮੇਰੀ 10 ਦਿਨ ਪੈ ਸੀ ਕਿੰਨੇ ਕਰੇਗਾ ਬੰਤਮਨ ਕੰਮਾਂ ਲੰਘਣ ਕਿ ਅੱਜ ਮੇਰਾ ਪਤ ਵੀ ਪ੍ਰੋਗਰਾਮ ਦਾ ਕਿਹਾ ਤੇ ਦਿੜਾ ਬਾਰ ਨੂੰ ਰਹਿਣ ਦੇ ਉਹ ਚਲਾਉਣ ਨੂੰ ਬਾਰਨ ਅਖੜ ਕਾਇਆ ਪਈ ਉੱਠੂਗਾ ਜਦੋਂ ਜਣੀ ਮੈਂ ਸਬਜ਼ੀ ਬਣਾ ਲਈ ਤੇ ਉਸ ਤੋਂ ਬਾਅਦ ਮੈਂ ਫੋਨ ਲਾਇਆ ਪਿੰਡ ਲਾਇਆ ਛੋਟੇ ਮੁੰਡੇ ਨੂੰ ਉਹ ਤਾਂ ਫੋਨ ਦਾ ਨੰਬਰ ਲਿਆ ਜੀਦੇ ਦਾ ਜਿਹੜਾ ਮੈਨੂੰ ਕਹਿੰਨੇ ਕਰਨਾ ਆਇਆ ਵਾ ਉਹ ਕਰੇ ਬੇਬੇ ਮਾਉਨਾ ਉਹ ਜਦੋਂ ਆਇਆ ਤੇ ਬੋਸ਼ਨ ਮਸ਼ੀਨ ਪਈ ਸੋ ਉੱਥੇ ਮੇਰਾ ਦੂਤਾ ਚੜਿਆ ਤੇ ਉਹ ਜੀ ਕਾਮਾਨ ਲੱਗ ਗਿਆ ਵੀ ਮਾਮਤ ਮੇਰਾ ਹੈ ਨਹੀਂ ਬਸ ਉੱਥੇ ਮੈਨੂੰ ਮੈਂ ਲੱਗ ਲੰਗਾ ਚਤ ਨੂੰ ਕੁਝ ਹੋਰ ਹੀ ਇਹ ਤਾਂ ਸਾਰਾ ਜਗ ਦਿੰਦਾ ਵੇ ਮੈਂ ਕਰਕੇ ਵਖਾਣਾ ਤੇਰੇ ਲਈ ਦਿਲਦਾਰਾ ਵੇ ਮੈਂ ਮਰਕੇ ਵਖਾਣਾ ਵਧੀਆ ਜ਼ਮੀਨ ਖਰੀਦੀ ਵਧੀਆ ਕੋਠੀ ਪਾਈ ਉਥੇ ਮਕਾਨ ਲੈ ਕੇ ਕੋਠੀ ਪਾਈ ਪੂਰਾ ਵਧੀਆ ਸੀ ਆ ਜੀ ਪਰ ਜਿੰਨੀ ਕੁ ਪ੍ਰਮਾਤਮਾ ਬਣੀ ਉਹ ਅਜੂ ਲਿਖੀ ਸੀਗੀ ਉੰਨੀ ਕੁ ਭੋਗ ਕੇ ਚਲੇ ਜਾਂਦਾ ਬੰਦਾ ਜਦੋਂ ਫਸਟ ਟਾਈਮ ਪਾਪਾ ਆਸਟ੍ਰੇਲੀਆ ਟ੍ਰਿਪ ਗਿਆ ਸਿੰਗੀਂ ਦੇ ਵਿੱਚ ਤੇ ਉਹਦੋਂ ਮੈਂ ਬੋਲਦੀ ਨਹੀਂ ਸੀਗੀ ਉਹਨਾਂ ਨੇ ਕਿਹਾ ਕਿ ਜੋਦੇ ਨਾਲ ਚੁੰਡੀ ਪੱਡ ਦੋ ਰੋਲੂਗੀ ਮੈਨੂੰ ਇਹਨਾਂ ਦੀ ਆਵਾਜ਼ ਸੁਣਨ ਨੂੰ ਹਾਂ ਜਦੋਂ ਛੁੱਟੀਆਂ ਹੋਣੀਆਂ ਮੈਨੂੰ ਲੈ ਕੇ ਆਣਾ ਹਨ ਅਸੀਂ ਉੱਥੇ ਖੇਡਦੇ ਰਹੇ ਹਾਂ ਤੇ ਮੇਰਾ ਜਿਹੜਾ ਕਜ਼ਨ ਸੀ ਮਾ ਨਾ ਮਤਲਬ ਕਿ ਸਾਡਾ ਹੁਣ ਕੰਟੈਕਟ ਨਹੀਂ ਹੈਗਾ ਜਦੋਂ ਉਹ ਛੋਟਾ ਹੁੰਦਾ ਸੀ ਉਦੋਂ ਅਸੀਂ ਬਹੁਤ ਖੇਡੇ ਹਾਂ ਤੁਸੀਂ ਵੀ ਖੇਡੇ ਉਹਨਾਂ ਦੇ ਨਾਲ ਤਾਂ शायद अज इंटरव्यू देखते दे हो शक है कि मेरी भैन ही बुरा रही है मैं आ जाऊंगा वापस वैसे वादिया जी <laughs> आ जाए तो बस इदा ही कि वो आदि लाइफ सक्सैस हो गया ना बस भी इन्हों का प्यार बनया रहे भी ब्रदर्स की कारण रहा है धर्मप्रीत इस तरह ਚੁੱਪ-ਚਾਪ ਜੀ ਰਾਤ ਨੂੰ ਆਉਣਾ ਤੁਹਾਡੇ ਹੱਥ ਦੀ ਚੂਰੀ ਬਣੀ ਖਾਣੀ ਔਰ ਸਵੇਰ ਚੜ੍ਹਦੇ ਨੂੰ ਤੁਹਾਨੂੰ ਪੁੱਤ ਨਹੀਂ ਮਿਲਣਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਖਾਂ ਮਨਦੀਪ ਕੌਰ ਸੰਧੂ ਅਕਸਰ ਅੱਜ ਵੀ ਅਸੀਂ ਬਹੁਤ ਸਾਰੇ ਪੰਜਾਬੀ ਗੀਤ ਸੁਣਦੇ ਆਂ ਸਾਨੂੰ ਬਹੁਤ ਗੀਤ ਪਸੰਦ ਆਉਂਦੇ ਨੇ ਬਹੁਤ ਸਾਰੇ ਕਲਾਕਾਰ ਸਾਡੇ ਪਸੰਦੀਦਾ ਬਣ ਜਾਂਦੇ ਨੇ ਪਰ ਕਈ ਕਲਾਕਾਰ ਅਜਿਹੇ ਹੁੰਦੇ ਨੇ ਜੋ ਭਾਵੇਂ ਇਸ ਦੁਨੀਆ ਤੋਂ ਰੁਕਸਤ ਹੋ ਜਾਣ ਪਰ ਉਹਨਾਂ ਦੇ ਗੀਤ ਅੱਜ ਵੀ ਸਾਡੇ ਚੇਤਿਆਂ ਦੇ ਵਿੱਚ ਤਰੋ-ਤਾਜ਼ਾ ਰਹਿੰਦੇ ਨੇ ਅੱਜ ਵੀ ਅਸੀਂ ਉਹਨਾਂ ਦੀ ਆਵਾਜ਼ ਨੂੰ ਸੁਣਨਾ ਪਸੰਦ ਕਰਦੇ ਆਂ ਇੱਕ ਅਜਿਹਾ ਕਲਾਕਾਰ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਤੂਤੀ ਬੁੱਲਾ ਕਰਦੀ ਸੀ ਨਾਮ ਸੀ ਧਰਮਪ੍ਰੀਤ ਧਰਮਪ੍ਰੀਤ ਦਾ ਨਾਮ ਐਨਾ ਅਖਾਰਿਆਂ ਦੀ ਸ਼ਾਨ ਹਰ ਕਿਤੇ ਜਾਣਾ ਬਹੁਤ ਨਾਮਨਾਖਟਿਆ ਔਰ ਇਸੇ ਦੌਰਾਨ ਤਰੀਕ ਆਉਂਦੀ ਹੈ 8 ਜੂਨ 2015 ਉਹ ਵੇਲਾ ਜਦੋਂ ਧਰਮਪ੍ਰੀਤ ਸਾਨੂੰ ਸਦਾ ਦੇ ਲਈ ਵਿਛੋੜਾ ਦੇ ਗਿਆ ਭਾਵੇਂ ਅੱਜ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਗੀਤਾਂ ਨੂੰ ਸੁਣਦੇ ਨੇ ਉਹਨਾਂ ਨੂੰ ਉਦਾਸ ਗੀਤਾਂ ਦਾ ਅੱਜ ਵੀ ਬਾਦਸ਼ਾਹ ਦਾ ਖਿਤਾਬ ਦਿੱਤਾ ਜਾਂਦਾ ਹੈ ਪਰ ਜੋ ਦੁੱਖ ਪੀੜ ਉਨ੍ਹਾਂ ਦਾ ਪਰਿਵਾਰ ਹੰਡਾਉਂਦਾ ਹੈ ਉਹਨਾਂ ਦੀ ਜਾਣਦੀ ਉਹ ਸ਼ਾਇਦ ਕੋਈ ਵੀ ਨਹੀਂ ਹੰਡਾ ਸਕਦਾ ਉਹ ਦਰਦ ਇੱਕ ਮਾਂ ਹੀ ਸਮਝ ਸਕਦੀ ਹੈ ਆਪਣੇ ਜਵਾਨ ਪੁੱਤ ਦੇ ਘਰੋਂ ਜਾਣ ਦਾ ਬਹੁਤ ਸਾਰੀਆਂ ਅਫਵਾਮਾਂ ਉੱਡੀਆਂ ਪਰ ਸੱਚਾਈ ਕੁਝ ਹੋਰ ਨਿਕਲੀ ਸੋ ਅੱਜ ਪਰਿਵਾਰ ਦੇ ਨਾਲ ਮੌਜੂਦ ਆ ਇੱਧਰ ਸਾਡੇ ਨਾਲ ਮਾਤਾ ਬਲਬੀਰ ਕੌਰ ਜੀ ਬੈਠੇ ਨੇ ਨਾਲ ਉਹਨਾਂ ਦੀ ਭਜਾਈ ਨੇ ਕਰਮਜੀਤ ਕੌਰ ਹੋਣੀ ਨੇ ਅੱਜ ਕੁਝ ਗੱਲਾਂ ਕਰਾਂਗੇ ਧਰਮਪ੍ਰੀਤ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਲੋਕ ਅੱਜ ਵੀ ਉਹਨਾਂ ਦੀ ਮੌਤ ਦਾ ਸੱਚ ਜਾਨਣਾ ਚਾਹੁੰਦੇ ਨੇ ਕਿ ਅਖਰਕਾਰ ਧਰਮਪ੍ਰੀਤ ਨੇ ਮੌਤ ਨੂੰ ਗਲੇ ਕਿਉਂ ਲਗਾਇਆ ਇੰਨਾ ਉੱਚਾ ਨਾਮ ਹੋਵੇ ਜਿਸ ਬੰਦੇ ਦਾ ਔਰ ਸਭ ਕੁਝ ਪੈਸਾ ਕਰ ਆਉਂਦਾ ਹੋਵੇ ਸੁਖੀ ਹੋਵੇ ਤਾਂ ਰਾ ਮੌਤਾ ਕਿਉਂ ਚੁਣ ਲਿਆ ਧਰਮਪ੍ਰੀਤ ਨੇ ਸਰਨਲ ਮਾਤਾ ਜੀ ਮजूद ਨੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਬੇਟਾ ਠੀਕ ਠਾਕ ਹੋ ਜੀ ਆਪ ਠੀਕ ਠਾਕ ਹਾਂ ਮਾਤਾ ਸੋ ਮਾਤਾ ਜੀ ਦੂਸਰੇ ਤਰੀਕੇ ਨਾਲ ਬਹੁਤ ਸਾਰੇ ਲੋਕ ਅੱਜ ਵੀ ਉਹਨਾਂ ਦੀ ਮੌਤ ਤੇ ਇੱਕ ਸਵਾਲ ਖੜਾ ਕਰਦੇ ਨੇ ਕਿ ਧਰਮਪ੍ਰੀਤ ਜੋ ਕਿ ਇੰਨਾ ਵੱਡਾ ਕਲਾਕਾਰ ਇੰਨਾ ਉੱਚਾ ਨਾਮ ਨਹੀਂ ਸੀ ਮੌਤ ਨੂੰ ਗੇ ਲਗਾ ਸਕਦਾ ਕੀ ਕਾਰਨ ਰਿਹਾ ਏ ਧਰਮਪ੍ਰੀਤ ਦੇ ਇਸ ਤਰ੍ਹਾਂ ਚੁੱਪ-ਚਾਪ ਜੇ ਰਾਤ ਨੂੰ ਆਉਣਾ ਤੁਹਾਡੇ ਹੱਥ ਦੀ ਚੂਰੀ ਬਣੀ ਖਾਣੀ ਔਰ ਸਵੇਰ ਚੜ੍ਹਦੇ ਨੂੰ ਤੁਹਾਨੂੰ ਪੁੱਤ ਨਹੀਂ ਮਿਲਣਾ ਕੋਈ ਤਾਂ ਖੇਡਾਂ ਸਾਪਤ ਮੈਨੂੰ ਤਾਂ ਪਤਾ ਨਹੀਂ ਸੀ ਵੀ ਇਹ ਗੱਲ ਹੋਊਗੀ ਹਨਾ ਮੈਂ ਤਾਂ ਜਾਗਦੀ ਰਹਿੰਦੀ ਹੁੰਦੀ ਨਹੀਂ ਇਸ ਗੱਲ ਦਾ ਵੀ ਪਤਾ ਹੀ ਨਹੀਂ ਲੱਗਿਆ ਵੀ ਕੀ ਗੱਲਬਾਤ ਆ ਜਾਂ ਕੀ ਇਹਦੇ ਮਨ ਵਿੱਚ ਹੈ ਜਾਂ ਕੀ ਕਦੇ ਕਾਸੀਆਂ ਨਿੱਕੇ ਹੋਏ ਨੂੰ ਕੋਈ ਕਿਨਾਂ ਸ਼ੌਂਕ ਸੀ ਪਹਿਲਾਂ ਤਾਂ ਤਾਇਆ ਜੀ ਗਾਉਂਦੇ ਸੀ ਉਹਨਾਂ ਨੂੰ ਦੇਖ ਦੇਖ ਕੇ ਉਹਨੂੰ ਵੀ ਸ਼ੌਂਕ ਜਾਪ ਗਿਆ ਨਹੀਂ ਹੋਰ ਵੇਲੇ ਮੇਰੇ ਦੋ ਬੇਟੇ ਆ ਵੀ ਗਾਇਕੀ ਦਾ ਹੋਵੇ ਤਾਂ ਉਹ ਵੀ ਗਾ ਸਕਦੇ ਆ ਅਰੇ ਮੇਰਾ ਪਾਣ ਜੈ ਨੇ ਵੀ ਸਿਖਾਇਆ ਬਹੁਤ ਇਹਨੂੰ ਵੀ ਸ਼ੌਂਕ ਸੀਗਾ ਤੇ ਪੁੱਤ ਵੀ ਜਣਾ ਛੋਟੇ ਛੋਟੇ ਨੂੰ ਦੁੱਧ ਪਾਉਣ ਜਾਣਾ ਤਾਂ ਵੀ ਡੋਲੂ ਵਜਾਉਂਦਾ ਹੀ ਜਾਣਾ ਗੌਂਦੇ ਨੇ ਫਿਰਨਾ ਸਾਰੇ ਵੀ ਸੱਸ ਨੇ ਕਹਿਣਾ ਵੀਰਾ ਤਾਇਆ ਗਲਾਂ ਦੇਂਦਾ ਵੀ ਇਹ ਜਵਾਨ ਮਾਰਦਾ ਸਾਰੇ ਜਿਹੜੀ ਮੈਂ ਜਦੋਂ ਚਾਹੂ ਪੀ ਕੇ ਮੋੜ ਜਾਣਾ ਬੇਬੇ ਵੀ ਤੁੰਨੂੰ ਕਹਿੰਦਾ ਵੀ ਕਿਹੜਾ ਮਾੜਾ ਗੌਂਦਾ ਇਹ ਧਾਰਮਿਕ ਗੀਤ ਗਾਉਂਦਾ ਵਿਚਾਰ ਕੋਈ ਨਹੀਂ ਕਾਲ ਲੈਣ ਦੇ ਖਬਰਾਂ ਕੁਝ ਬਣ ਜੂ ਤੇ ਪੁੱਤ ਬਸੀਰਾ ਪ੍ਰਮਾਤਮਾ ਨੇ ਬਣਾਤਾ ਸੀ ਅਸੀਂ ਸਾਡੀ ਗੁੱਡੀ ਚੜਾਤੀ ਸੀ ਹਨ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੋਵੇ ਰਜਵੇਂ ਇਹ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਹਨ ਜਿਹੜਾ ਉਹਨੇ ਮਾਂ ਨੂੰ ਦੁੱਖ ਦੇਣਾ ਸੀ ਤਾਂ ਇਹਨਾਂ ਨਹੀਂ ਸੀ ਉਹਨੇ ਕਰਨਾ ਜਦੋਂ ਉਹ ਘਰ ਆਏ ਆ ਜਿਸ ਦਿਨ ਉਹਨਾਂ ਦੀ ਮੌਤ ਹੋਣੀ ਸੀ 7 ਤਰੀਕ ਦੀ ਰਾਤ ਜੋ ਤੁਹਾਡੇ ਕੋਲ ਉਹ ਪ੍ਰੋਗਰਾਮ ਅਖਾੜਾ ਲਾ ਕੇ ਆਏ ਸੀਗੇ ਹਾਂ ਜੀ ਹਾਂ ਵਧੀਆ ਖੜਾ ਲਾ ਕੇ ਆਇਆ ਬਦਾ ਮੈਨੂੰ ਕਹਾਂ ਮੈਂ ਕਿਹਾ ਵੀ ਦੋ ਵਾਰੀ ਮੁੰਡੇ ਨੂੰ ਭੇਜਿਆ ਦੋ ਤੈਨੂੰ ਵੀ ਅੱਜ ਤਾਂ ਮੈਂ ਚਰਨੀ ਰਗੜੀ ਆ ਉਹ ਰੋਟੀ ਖਾਊਗਾ ਉਹ ਕਹਿੰਦਾ ਜੂ ਜਾਂਦਾ ਨਹੀਂ ਚੋਰੀ ਨਹੀਂ ਕਟਕੇ ਲਿਆਂਦਾ ਚੋਰੀ ਕੁੱਟਦੀ ਪਤਾ ਬੜੀ ਕਾ ਚੋਰੀ ਖਾਲੀ ਗੋੜ ਖਾਦਾ ਤੇ ਮੁੜ ਕੇ ਵਸ ਪਤਾ ਨੇ ਵਧੀਆ ਬੋਲਿਆ ਚੱਲਿਆ ਮੇਰੇ ਨਾਲ ਮਮੀ ਮੈਂ ਚੱਲ ਪੈਣਾ ਤੇ ਬਸ ਸਾਡੀ ਗਲਤੀ ਇਹ ਰਹੀ ਅਸੀਂ ਬਾਹਰ ਨਹੀਂ ਖੜਕਾਇਆ ਕਿਹੜਾ ਪਤਾ ਸੀ ਪੁੱਤ ਨੇ ਆਹ ਕੰਮ ਕਰਨਾ ਰਾਤ ਨੂੰ ਹਨਾ ਤੇ ਤਾਂ ਗੁੱਡੀ ਮੈਂ ਰਾਤ ਨੂੰ ਭਾਂ ਦੂਜੇ ਕਮਰੇ ਜਾਦੂ ਗਿਰਿੰਜੀ ਮੈਨੂੰ ਪਤਾ ਹੁੰਦਾ ਚਲ ਮੈਂ ਕਿ ਚੋਰਾਂ ਚੰਨਾਂ ਤੋਂ ਡਰਦਾ ਹੀ ਪ੍ਰੋਗਰਾਮ ਲੈ ਕੇ ਆਇਆ ਹੋਰ ਤਿੰਨ ਚਾਰ ਪ੍ਰੋਗਰਾਮ ਬੱਕ ਸੀ ਵੇਖਲਾ ਕਿ ਜੇ ਬਤ ਬੋਹੀ ਨਾ ਜਾਂਦੀ ਜੇ ਜੇ ਤਾਂ ਜਿੱਤੀ ਨਹੀਂ ਕਿਸੇ ਨੇ ਹਨਾ ਫਿਰ ਕਾ ਨੂੰ ਇਹ ਕੰਮ ਹੁੰਦਾ ਬਸ ਮਤਲਬ ਤੁਹਾਡੇ 9 ਇਥੋਂ ਚਲੇ ਗਏ ਸੀਗੇ ਤਾਂ ਉਹਨਾਂ ਦਾ ਗਮ ਲੱਗਿਆ ਉਹਨਾਂ ਨੂੰ ਗਮ ਹੀ ਲੱਗਾ ਬਚ ਲੋ ਜਾਂ ਕੱਲਾ ਰਹਿ ਗਿਆ ਬਚਰੂ ਬਸ ਪਤਾ ਨਹੀਂ ਲੱਗਿਆ ਮਨ ਤਾਂ ਕੀ ਪਾਣਾ ਵਰਤ ਸਾਡੇ ਨਾਲ ਬਥ ਰੱਬ ਹੀ ਜਾਣਦਾ ਜੇ ਉਹਨੂੰ ਪਤਾ ਜੀ ਨੇ ਆਪੇ ਆਪਦਾ ਗੱਲ ਕਿੱਥੇ ਕਿਦਾ ਘਟਣਾ ਜੀ ਕਰਦਾ ਕਿਹੜਾ ਉਹ ਤੋੜਾ ਸੀ ਕਸੇ ਦਾ ਜੋ ਲੋਕ ਕਹਿੰਦੇ ਉਹ ਕੋਲ ਪੈਸੇ ਨਹੀਂ ਸੀ ਪੈਸੇ ਤਾਂ ਉਹ ਦੱਸਾਂ ਕਿ ਨਾ ਠੀਕਾ ਲੈ ਕੇ ਜਾਂਦਾ ਸੀ ਉਹ ਪਹਿਲਾਂ ਛੋਟੇ ਤੋਂ ਮਨਾ ਛੋਟੇ ਨੂੰ ਮਨਾ ਦਿਆ ਕਰਦੇ ਦੇ ਘਰਲੇ ਨੂੰ ਸਾਰਾ ਹੀ ਲੈ ਜਾ ਕਰਦਾ ਤਾਂ ਕੋਈ ਜਿ ਕਮੀ ਕੋਈ ਵੀ ਨਹੀਂ ਸੀ ਹਨਾ ਉਹਨੇ ਜ ਸਾੜੇ ਕਾ ਦਿਨ ਨੰਗਾ ਤੇ ਬਾਰੋਂ ਨੇ ਸਾੜੇ ਨੰਗਾ ਹੀ ਆ 13-14 ਲੱਖ ਲਾ ਕੇ ਤੇ ਬਸ ਕਰਮਾਂ ਨੇ ਖੇਡਾਂ ਪੁੱਤ ਵਿਸ਼ਾਸ ਮਹਾਰਾਜ ਨੇ ਨਹੀਂ ਲਿਖੇ ਸੀ ਹੁਣ ਤਾਂ ਮੈਂ ਇਹੀ ਚਾਹੁੰਨੀ ਮੇਰਾ ਪੋਤਾ ਮੈਨੂੰ ਬੁਲਾਵੇ ਚਲਾਵੇ ਤਾਂ ਦੁੱਖ ਨੂੰ ਥੋੜਾ ਹੋ ਜੇ ਨਹੀਂ ਤਾਂ ਉਹ ਤੋਂ ਵੱਧ ਆ ਪੁੱਤ ਮੇਰੇ ਕੋਲ ਤਾਂ ਜਦੋਂ ਜੀ ਗਏ ਉਹ ਗਏ ਨੂੰ ਕਈ ਪੁੱਤ ਗਿਆ ਹਨ ਪੋਤਾ ਗਿਆ ਸਮਝ ਲਾ ਜਦੋਂ ਬੁਲੰਦਾਨੀ ਤੇ ਗਿਆ ਹੀ ਇਹ ਮੇਰੇ ਕੋਲ ਸਮਝ ਲਾ ਦਾਦੀ ਦਾ ਪੁੱਤੇ ਨਾਲ ਬੜਾ ਪਿਆਰ ਹੁੰਦਾ ਹੈ ਔਰ ਦਾਦੀ ਹਮੇਸ਼ਾ ਇਚਾਉਂਦੀ ਕਿ ਮੈਂ ਪੋਤੇ ਲਈ ਇਹ ਰੀਝਾਂ ਪੂਰੀਆਂ ਕਰਾਂ ਜਦੋਂ ਧਰਮਪ੍ਰੀਤ ਨੂੰ ਜਿਉਂਦੇ ਸੀ ਉਦੋਂ ਪੋਤਾ ਤੁਹਾਡੇ ਨਾਲ ਕਾਫੀ ਗੱਲਾਂ ਸਾਂਝੇ ਕਰਦਾ ਕਿੰਨੀ ਵੀ ਕਲਾਸ ਚ ਪੜਦਾ ਹੁੰਦਾ ਸੀ ਚੌਥੀ ਚ ਪੜਦਾ ਸੀ ਪੋਤਾ ਚੌਥੀ ਚ ਪੜਦਾ ਸੀ ਬਹੁਤ ਗੱਲਾਂ ਕਰਦਾ ਰਹਿੰਦਾ ਬੀਬੀ ਐਂ ਕਰਾਂਗੇ ਬੇਬੇ ਜਿਹੜਾ گاਉਣ ਵਾਲੇ ਆਏ ਕਹਿੰਦੇ 79CB 14 15 ਲੱਖ ਭਵੰਤਮਨ ਕਹੇਗਾ ਸੁਧਿ ਹੋਊਗਾ ਮੈਂ ਠੀਕ ਹੈ ਕਹਿੰਦਾ ਬੇਬੇ ਤੈਨੂੰ ਪਤਾ ਜਦੋਂ ਆਪਣੇ ਤਾਂ ਪਾਪੀ ਦੇ ਬਹੁਤ ਭਵੰਤਮਨ ਵੀ ਆਏ ਸੀ ਮੈਨੂੰ ਮੇਰੇ ਗੱਲ ਚਾਨਣ ਹੋਇਆ ਵੀ ਜਵਾਕ ਨੂੰ ਉਹ ਗੱਲ ਪਾਸਰੀ ਪੈਸਿਆਂ ਵਾਲੀ ਤੇ ਮੈਂ ਕਹਿੰਦਾ ਛੱਤਰ ਗੱਲ ਤੇਰੇ ਜਮਾ ਕੁਲੇ ਬੈਠਾ ਸੀ ਉਹਦਾ ਤੇ ਇੱਕ ਵਾਰੀ ਵੀ ਨਿਜ਼ਗਰ ਕੀਤਾ ਛੱਤਰ ਗੱਲ ਵੀ ਇਨਾ ਸੰਗ ਕਰਾ ਤੇ ਭਵੰਤਮਨ ਤਰੀ ਕਿ ਮੈਨੂੰ ਯਾਦ ਰਹੇਗਾ ਨਹੀਂ ਬੇਬੇ ਮੈਂ ਤਾਂ ਉਹੀ ਪਾਇਦਾ ਮੈਂ ਕਹਿੰਦਾ ਨਹੀਂ ਮੈਂ ਤੂੰ ਉਹਦਾ ਮੈਂ ਉਹ ਡਿਪੋਟ ਦੇ ਹਾਡਰੀਂ ਵੇਚਣੀ ਮੈਂ ਤਾਂ ਕਿਤਾ ਕਰ ਵੀ ਆ ਵੀ ਨਹੀਂ ਰਿਹਾ ਮੈਂ ਲਮਾ ਵੀ ਕਿਉਂ ਮੈਂ ਤਾਂ ਹੁਣ ਬਥੇਰਾ ਕਹਿੰਦੇ ਆ ਮੈਂ ਕਹਿੰਦਾ ਨਹੀਂ ਪੁੱਤ ਮੇਰੇ ਕੋਲ ਬਹੁਤ ਕੁਛ ਆ ਮਹਾਰਾਜ ਦਿੱਤਾ ਵਾ ਤੇ ਠੀਕਾ ਮਿਲਦਾ ਉਹ ਕਿੰਨਾ ਦੋ ਕਿੱਲੇ ਆ ਮੇਰੇ ਕੋਲੇ ਬਥੇਰਾ ਕੁਛ ਪੁੱਤ ਮੇਰਾ ਬਣਾ ਕੇ ਗਿਆ ਤੇ ਜਾਨੀ ਉਹਦੇ ਮੁੰਡੇ ਦੇ ਸ਼ੰਕ ਬਸ ਇਹੀ ਆ ਜਿਹੜਾ ਭਗਵੰਤਮਨ ਗੱਲ ਕਹਿ ਗਿਆ ਵੀ ਚਾਚੇ ਹੁਣਾਂ ਨੂੰ ਪੈਸੇ ਦੇ ਗਿਆ ਅੱਛਾ ਭਗਵੰਤਮਨ ਵੀ ਆਇਆ ਕਰਦੇ ਸੀ ਇਹ ਘਰ ਚ ਉਹ ਕਿਤੇ ਬੋਧਾ ਤੇ ਪਤਾ ਵੀ ਮੈਂ 16 ਰੱਖਦਾ ਹਾਂਗਾ ਬਾਈ ਦੀ ਕੋਈ ਵੀ ਯਾਦਗਾਰ ਬਣਾਉਣਾ ਮੁੜ ਕੇ ਤੈਨੂੰ ਪੁੱਤ ਕਹਿਣਾ ਨਹੀਂ ਗੱਲਾਂ ਹੁੰਦੀਆਂ ਮੁੜ ਕੇ ਨਾ ਕੋਈ ਸਾਲਾ ਆਇਆ ਤੇ ਨਾ ਕੋਈ ਗਿਆ ਹੈਨਾ ਜਾਣੀ ਮੁੰਡੇ ਦੇ ਮਨ ਚ ਤਾਂ ਬਹਿ ਬਹਿ ਗਿਆ ਨਾ ਪੁੱਤ ਵੀਖਣੀ ਮੇਰੀ 10 ਦਿਨ ਪੈਸੇ ਕਿੰਨੇ ਕਿ ਦੇਗਾ ਪੰਤ ਮਾਨ ਜਦੋਂ ਬੈਠੇ ਮੇਰੇ ਕੋਲ ਰੋਟੀ ਖਾਂਦਾ ਇਹੀ ਗੱਲ ਕਹੀ ਵੇਬੇ ਤੈਨੂੰ ਪਤਾ ਪੰਤ ਕਿੰਨੀ ਭੂ ਆ ਰੋਈ ਮੇਰੀ ਇਹ ਕਿੰਨਾ ਮਖਮਾਏ ਨਹੀਂ ਰੋਈ ਨਹੀਂ ਤੂੰ ਵੀ ਰੋਈ ਸੀ ਕਹਿੰਦਾ ਤੇ ਮੈਂ ਤੂੰ ਨਹੀਂ ਸੀ ਮੈਂ ਤੇ ਡਿਟਦਾ ਸੀ ਹਾਂ ਪੋਤਾ ਕਹਿੰਦਾ ਮੈਂ ਸਾਰੇ ਰੋਏ ਸੀ ਪੁੱਤ ਮੈਂ ਸਾਰਾ ਪਿੰਡ ਹੀ ਰੋਇਆ ਹਾਂ ਤਾਂ ਜਿਹੜਾ ਜਾਣਦਾ ਸੀ ਮੈਂ ਬੱਚਾ ਵਿਚ ਹੀ ਰੋਇਆ ਤੇ ਨਹੀਂ ਬੇਬੇ ਭਵੰਤਮਾਨ ਵੀ ਆਇਆ ਸੀ ਮੈਂ ਉਹ ਤੇ ਮੁਰ ਮੁਰ ਕਿਉਂ ਜਮਾਨ ਤੇ ਜਿਹੜਾ ਵੀ ਦਰਦ ਦੇ ਮੈਂ ਥਾਂ ਦਾ ਦੱਸਿਆ ਨੇ ਮੈਨੂੰ ਆਏ ਗੱਲਾਂ ਸੁਣਨ ਦਾ ਮੈਂ ਵੀ ਪੈਸੇ ਦੇ ਗਿਆ ਮੈਂ ਕਿ ਮੈਂ ਤਾਂ ਹੱਡਾ ਦੇ ਪੁੱਤ ਤੇ ਵੇਚਣਾ ਨਹੀਂ ਮੈਂ ਤਾਂ ਕਿਤੇ ਦੁਵਾਨੀ ਵੀ ਨਹੀਂ ਲੈਣੀ ਬੱਸ ਪੁੱਤ ਉਸ ਗਾਣੇ ਮੈਨੂੰ ਬਹੁਤ ਜਾਂ ਪਤ ਵਧੀਆ ਲੱਗਦੇ ਸੀ ਉਹ ਤਾਂ ਸੁਖ ਲਾ ਲੈ ਗੱਭਰੂ ਹੋ ਗਿਆ ਹੁਣ ਤੁਹਾਡਾ ਪੁੱਤ ਤੇ ਕਦੇ ਦਿਲ ਨਹੀਂ ਕੀਤਾ ਤੁਹਾਡਾ ਇੱਥੇ ਜਾਣ ਦਾ ਪਿੰਡ ਉਸ ਬਠਿੰਡੇ ਵਾਲੇ ਜਾਂ ਫਿਰ ਨੌ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ ਨਹੀਂ ਹੋਈ ਪੁੱਤ ਮੁਰਕੇ ਪਹਿਲਾਂ ਮੈਂ ਜੋ ਜਾਂਦੀ ਸੀ ਉਹ ਤਾਂ ਵਧੀਆ ਬੁਲਾਉਂਦੀ ਚਲਾਉਂਦੀ ਸੀ ਹੁਣ ਮੇਰੇ ਮਗੈਗੂ ਹੀ ਨਹੀਂ ਮੈਨੂੰ ਐ ਨਹੀਂ ਪਤਾ ਵੀ ਉਹ ਕਿੱਥੇ ਰਹਿੰਦੀ ਹੈ ਕੀ ਕਰਦੀ ਹੈ ਮੇਰੇ ਨੂੰ ਹੁਣ ਕੋਸ਼ਿਸ਼ ਕਰੇ ਹਨਾ ਜਿੱਥੇ ਮੈਂ ਰਹਿੰਦੀ ਆਹੀ ਮੇਰੇ ਨੂੰ ਪੁੱਤ ਹੈ ਹੂੰ ਪੁੱਤਰਾ ਵੀ ਕਦੇ ਫੋਨ ਤੇ ਗੱਲਬਾਤ ਆ ਬੱਚਿਆਂ ਦੇ ਨਾਲ ਹੀ ਹੋ ਜਾਂਦੀ ਬੱਚੇ ਦੀ ਸਾਂਝ ਕਦੇ ਬੱਚਿਆਂ ਨਾਲ ਵੀ ਨਹੀਂ ਆ ਤੁਹਾਡੇ ਦੂਜੇ ਬੇਟੇ ਦੇ ਬੱਚਿਆਂ ਨਾਲ ਚਾਚੇ ਤਾਇਦੇ ਪੁੱਤਾਂ ਨਾਲ ਤਾਂ ਬੱਚੇ ਵਰਤਦੇ ਨੇ ਜੇ ਆਉਂਦੇ ਜਾਂਦੇ ਰਹਿੰਦੇ ਹੁੰਦੇ ਪੁੱਤ ਫੇਰ ਹੀ ਵਰਤਦੇ ਨੇ ਜਦੋਂ ਆਈ ਨਹੀਂ ਉਹ ਜੋ ਧਰਮੇ ਨਾਲ ਹੀ ਆਉਂਦਾ ਸੀਗਾ ਉਸ ਤੋਂ ਬਾਅਦ ਤਾਂ ਜੋ ਜੱਥ ਹੋਊਗਾ ਉਦੋਂ ਜਮੇ ਨਹੀਂ ਆਏ ਉਸ ਤੋਂ ਬਾਅਦ ਜਮਦੇ ਜਾਂਦੇ ਨੇ ਤੇ ਫੇਰ ਹੀ ਬੋਲ ਤੇ ਜਾਂਦੇ ਹੁੰਦੇ ਨਹੀਂ ਜਦੋਂ ਧਰਮਪ੍ਰੀਤ ਉਹਨਾਂ ਨੇ ਬਸ ਕੁਛ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ ਪਹਿਲਾਂ ਵੀ ਕਿਹਾ ਜਾਂਦਾ ਸੀ ਕੋਈ ਡਿਪਰੈਸ਼ਨ ਚ ਨੇ ਉਹ ਥੋੜਾ ਉਦਾਸ ਰਹਿਣ ਲੱਗ ਗਏ ਸੀ ਸਾਲੇ ਦੇ ਵਿਆਹ 'ਚ ਹੀ ਕੁਛ ਕੀਤਾ ਉਹਨਾਂ ਨੇ ਉਦੋਂ ਹੀ ਉਹ ਉਦਾਸ ਹੋਇਆ ਉਸ ਤੋਂ ਬਾਅਦ ਪਹਿਲਾਂ ਗਉਂਦੇ ਚੜਨਾ ਕੋਠੇ ਦੇ ਗਉਂਦੇ ਉਤਰਨਾ ਮੰਮੀ ਤੂੰ ਕੀ ਕਰਦੀ ਮੈਨੂੰ ਭੁੱਖ ਲੱਗੀ ਰੋਟੀ ਬਣਾ ਲੈ ਮੈਂ ਕੋਈ ਪਤਾ ਪੜਾਉਂਦੀ ਆ ਤਾਂ ਮੈਂ ਬਣਾ ਲੈਨੀ ਵਧੀਆ ਖੁਸ਼ ਰਹਿੰਦਾ ਸੀ ਕੋਈ ਇਹ ਜੀ ਗੱਲ ਨਹੀਂ ਸੀ ਪਤਾ ਵਾਕਰਪੂਣੇ ਨੇ ਉਹਨਾਂ ਨੇ ਬਾਜ ਆ ਵਜਾਈ ਜਾਣਾ ਮੈਂ ਕਹਿੰਨਾ ਹੌਲੀ ਬਾਜ ਰੱਖੋ ਬਾਰ ਭੇੜ ਲਓ ਤਹਾਂ ਚ ਵਾਰੇ ਦਾ ਕਣ ਮਮੀ ਤੂੰ ਸੱਲੇ ਯਾਰ ਸਾਡੀ ਗੱਲ ਚ ਨਾ ਆਇਆ ਕਰ ਮੈਂ ਨਹੀਂ ਪੁੱਤ ਮੈਂ ਉਹ ਗੱਲ ਕਰਦੀ ਆ ਜਿਹੋ ਉਹਨਾਂ ਦੀ ਡੈਥ ਹੁੰਦੀ ਹੈ ਨਾ ਜਦੋਂ ਆਪ ਆਤਮ ਹੱਤਿਆ ਕਰਦੇ ਨੇ ਅੰਦਰ ਤਾਂ ਤੁਸੀਂ ਜਦੋਂ ਸਵੇਰੇ ਉੱਠ ਕੇ ਬਾਹਰ ਖੋਲਦੇ ਹੋ ਦਰਵਾਜ਼ਾ ਕੀ ਪਤਨੀ ਅਜ ਦਰਵਾਜ਼ਾ ਅਸੀਂ ਕਿਹਾ ਵੀ ਮੈਂ ਕਿਹਾ ਵੀ ਕੰਮ ਵਾਲਿਆਂ ਨੂੰ ਵੀ ਕਿਹਾ ਅੱਜ ਮੇਰਾ ਪੁੱਤ ਵੀ ਪ੍ਰੋਗਰਾਮ ਲਾ ਕੇ ਆਇਆ ਤੇ ਦਰਵਾਜ਼ਾ ਬਾਰ ਨੂੰ ਰਹਿਣ ਦੇ ਉਹ ਚਾਲਾਉਣ ਨੂੰ ਬਾਹਰ ਨਾ ਖੜਕਾ ਵੀ ਆਪ ਵੀ ਉੱਠੂਗਾ ਜਦੋਂ ਜਣੀ ਮੈਂ ਸਬਜ਼ੀ ਬਣਾ ਲਈ ਤੇ ਉਦੋਂ ਬਾਅਦ ਮੈਂ ਫੋਨ ਲਾਇਆ ਪਿੰਡ ਲਾਇਆ ਛੋਟੇ ਮੁੰਡੇ ਨੂੰ ਉਹ ਤਾਂ ਫੋਨ ਦਾ ਨੰਬਰ ਲਿਆ ਜੀਦੇ ਦਾ ਜਿਹੜਾ ਮਾਨੂੰ ਕਹਿੰਨੇ ਕਰਨਾ ਆਇਆ ਵਾ ਉਹ ਕਰੇ ਬੇਬੇ ਮਾਉਨਾ ਉਹ ਜਨਵਾਇਆ ਤੇ ਬੋਸ਼ਨ ਮਸ਼ੀਨ ਪਈ ਸੋ ਉੱਥੇ ਮੇਰਾ ਦੋਤਾ ਚੜਿਆ ਤੇ ਉਹ ਜੀਕਾ ਮਾਰਨ ਲੱਗ ਗਿਆ ਵੀ ਮਾਮਾ ਤਾਂ ਮੇਰਾ ਹੈ ਹੀ ਨਹੀਂ ਬਸ ਉੱਥੇ ਮੈਨੂੰ ਮੈਂ ਲੱਗਣ ਲੱਗਾ ਚਤਤ ਨੂੰ ਕੁਝ ਹੋਰੀ ਦਵਾ-ਦਵਾ ਪਾਈ ਨਹੀਂ ਨਾ ਮੈਨੂੰ ਗੋਲਗਾਕ ਤਿੰਗਾਂ ਆਪ ਲੈਣੋ ਬੜਾ ਦੋਸਤ ਸੀ ਉਹਦਾ ਤੇ ਬਸ ਫੇਰ ਤਾਂ ਪੁੱਤ ਕੀ ਬਣਦਾ ਬਾਜੀ ਵੀ ਤੇ ਜੇ ਹੈ ਨਾ ਦਰਵਾజా ਕਿੰਨਾ ਨੇ ਪੁਲਿਸ ਨੇ ਖੋਲਿਆ ਤੁਸੀਂ ਖੋਲਿਆ ਨਹੀਂ ਨਹੀਂ ਪੁਲਿਸ ਨੇ ਫਿਰ ਮੈਂ ਸੱਦਿਆ ਉਹੜਾ ਕੀ ਇਥੇ ਲਿਖਦਾ ਪਿੰਦਰ ਇੱਕ ਮੁੱਖਾ ਸੀਗਾ ਥਾਣੇਦਾਰ ਮੈਂ ਕਿਹਾ ਉਹਨਾਂ ਨੂੰ ਸੱਦ ਹੁਣ ਵੀ ਹੋਰ ਤਾਂ ਕੋਈ ਆਲੇ ਨਾਲ ਦੀ ਨਾਲ ਆ ਗਈ ਪੁਲਿਸ ਫਿਰ ਤਾਂ ਪਤਾ ਧੜ ਧੜ ਦਵਾ ਦਵੋ ਲੋਕਾਂ ਨੂੰ ਵੀਡੀਓ ਦੀ ਬਣ ਗਈ ਸਾਡੇ ਘਰ ਦੇ ਨਾਲ ਤਾਂ ਹਜੇ ਮਤਲਬ ਪਤਾ ਨਹੀਂ ਜਦੋਂ ਵੀਡੀਓ ਨੂੰ ਬਾਹਰੋਂ ਦਸ ਸੰਦੀਪ ਨਹੀਂ ਮਰ ਗਿਆ ਬਾਹਰ ਮੁੰਡਾ ਗਾਉਣ ਵਾਲਾ ਉਹਨੇ ਨੂੰ ਫੋਨ ਲਾ ਕੇ ਗਿਆ ਓਏ ਧਰਮ ਨੇ ਆਤਮ ਹੱਤਿਆ ਕਰ ਲਈ ਮਨੇ ਮੁਕੀ ਮਾਰ ਕੇ ਕਿਹਾ ਵੀ ਢਿਗ ਢਿਗ ਖੁਸ਼ੀ ਵਾਲੀ ਗੱਲ ਸੀ ਜਿਹੜੀ ਤੂੰ ਬਾਹਰ ਵੀ ਦੱਸੀ ਜਾਣਾ ਭਿੰਦਰ ਨੂੰ ਮੈਂ ਕਿਹਾ ਚੱਲ ਉਹ ਵੀ ਜਮੇਂ ਹੀ ਧਰਮ ਮਰ ਗਈ ਸ਼ਕਲ ਸੀ ਉਹ ਮੁੰਡੇ ਉਹ ਵੀ ਨਹੀਂ ਰਿਹਾ ਦੋ ਕੁ ਸਾਲ ਬਾਅਦ ਉਹਦੀ ਮੌਤ ਹੋ ਗਈ ਜਿਹੜਾ ਮਸਪਤ ਵੀ ਬਹੁਤ ਚੰਗਾ ਸੀ ਮੇਰੇ ਪੁੱਤ ਦਾ ਸੁਭਾਅ ਬਹੁਤ ਹੀ ਚੰਗਾ ਸੀ ਉਹਦਾ ਦੇਣ ਮੈਂ ਦੇ ਹੀ ਨਹੀਂ ਸਕਦੀ ਮਾਮਾ ਨੂੰ ਤਾਂ ਹਮੇਸ਼ਾ ਪੁੱਤ ਲਾडले ਹੁੰਦੇ ਪਿਆਰੇ ਹੁੰਦੇ ਆ ਅਕਸਰ ਕਹਿੰਦੇ ਕਿ ਜਿਹੜਾ ਦੂਰ ਦਾ ਰਿਸ਼ਤਾ ਪਰਜਾਈ ਨਾਲ ਬੜਾ ਪਿਆਰਾ ਹੁੰਦਾ ਦੂਰ ਪਰਜਾਈ ਦਾ ਤੁਹਾਡੇ ਵਿਆਹ ਦੀਆਂ ਤਸਵੀਰਾਂ ਅਸੀਂ ਦੇਖ ਰያ ਸੀਗੇ ਕਿ ਤੁਹਾਡੇ ਵਿਆਹ ਦੇ ਵਿੱਚ ਧਰਮਪ੍ਰੀਤ ਹੋਣਾ ਚਲੋ ਤਾਂ ਪਰਿਵਾਰ ਸੀ ਤੁਹਾਡਾ ਹਰਦੇਵ ਮਾਹੀ ਨੰਗਲ ਬਲਕਾਰ ਸਿੱਧੂ ਹੋਣੀ ਹੋਰ ਬੜੇ ਕਲਾਕਾਰ ਤੁਹਾਡੇ ਵਿਆਹ ਤੇ ਆਉਂਦੇ ਨੇ ਹਨਾ ਸੋ ਦੂਰ ਪਰਜਾਈ ਦਾ ਰਿਸ਼ਤਾ ਕਿਹੋ ਜਿਹਾ ਸੀ ਬਹੁਤ ਵਧੀਆ ਸੀਗਾ ਜੀ ਸਾਡਾ ਪੈਣ ਭਰਾ ਮਾ ਨੂੰ ਰਹਿੰਦੇ ਸੀ ਵਧੀਆ ਰਹਿੰਦੇ ਸੀ ਅਸੀਂ ਕੋਈ ਇਹੋ ਜੀ ਗੱਲ ਨਹੀਂ ਸੀਗੀ ਕੋਈ ਵੀ ਘਰ ਦੇ ਵਿੱਚ ਵਧੀਆ ਰਹਿੰਦੇ ਸੀ ਇਹੋ ਜੀ ਕੋਈ ਨਹੀਂ ਆਇਆ ਨਹੀਂ ਸੀਗਾ ਜਿਹੜਾ ਉਹ ਛੋੜਾ ਇਹ ਓਕ ਤੁਸੀਂ ਉਸ ਦਿਨ ਕਿੱਥੇ ਸੀ ਜਦੋਂ ਡੈਥ ਹੋਈ ਉਹਨਾਂ ਦੀ ਅਸੀਂ ਇੱਥੇ ਸੀ ਬਲਾਸਪੁਰ ਹਾਂਜੀ ਅਸੀਂ ਬਲਾਸਪੁਰ ਸੀਗੇ ਉਹ ਬਠਿੰਡੇ ਸੀਗੇ ਹਾਂਜੀ ਕਦੇ ਕਦੇ ਐਕਸਰ ਪਰ ਜਾਏ ਨਾ ਦੇਰ ਨੂੰ ਬੜਾ ਕਹਿੰਦੀ ਇੰਨੇ ਤੂੰ ਪੈਸੇ ਕਮਾ ਕੇ ਲੈ ਕੇ ਆ ਮੇਰੇ ਲਈ ਵੀ ਕਦੇ ਸੂਟ ਲਿਆ ਕਦੇ ਇਦਾਂ ਕਿਹਾ ਨਹੀਂ ਜੀ ਇਦਾਂ ਨਹੀਂ ਸੀਗਾ ਕਿਤੇ ਵੀ ਕਿਹਾ ਜਾਂਦੀ ਉਹ ਵੀ ਆਪ ਹੀ ਲਿਆਉਂਦਾ ਸੀਗਾ ਵੀ ਸਾਰੇ ਪਰਿਵਾਰ ਨੂੰ ਇਦਾਂ ਨਹੀਂ ਆਇਆ ਨਹੀਂ ਸੀਗਾ ਬੱਸ ਹੂੰ ਅਸੀਂ ਅਸੀਂ ਖੇਡੀ ਜਾਣਾ ਹੈ ਨਹੀਂ ਸੀਗਾ ਸਾਡੇ ਚ ਕੋਈ ਵੀ ਫਰਕ ਨਹੀਂ ਸੀਗਾ ਹੁਣ ਜਦੋਂ ਵੀ ਰੋਟੀ ਖਾਣੀ ਬਾਜ ਦੇਣੀ ਵੀ ਕਰ ਮੀਂ ਤੇ ਰੋਟੀ ਬਣਾਉਂ ਰੋਟੀ ਪਾਣੀ ਮੈਂ ਵਧੀਆ ਬਣਾਉਂਦੀ ਸੀ ਹਾਂਜੀ ਇੱਥੇ ਰਹਿੰਦੇ ਸੀਗੇ ਵਿਆਹ ਤੋਂ ਮੈਰਿਜ ਤੋਂ ਬਾਅਦ ਹੀ ਉੱਥੇ ਪੱਕਾ ਰਹਿਣ ਲੱਗੇ ਆ ਇੱਥੇ ਰਹਿੰਦੇ ਸੀਗੇ ਗਰਮੀ ਦਾ ਮਹੀਨਾ ਹੁੰਦਾ ਪ੍ਰੋਗਰਾਮ ਖਤਮ ਹੋ ਜਾਂਦੇ ਸੀਗੇ ਤੇ ਇੱਥੇ ਰਹਿੰਦੇ ਜਿਆਦਾ ਠੰਡਾ ਪਾਣੀ ਨਾਲ ਹੀ ਨਹਾਉਣਾ ਉਹਨਾਂ ਨੇ ਜਿਆਦਾ ਠੰਡਾ ਪਾਣੀ ਵਰਤਦੇ ਸੀਗੇ ਗੁੜੀਆ ਸੀ ਮੇਰੀ ਛੋਟੀ ਜੀ ਇਹਦੇ ਨਾਲ ਖੇਡ ਹੀ ਜਾਣਾ ਉਹਨੇ ਸਾਰੀ ਦਿਹਾੜੀ ਖੇਤ ਬਾਗ ਜਾਣਾ ਗੱਡੀ ਲੈ ਕੇ ਜੋ ਰੋਟੀ ਬਣ ਜਾਣੀ ਕਹਿੰਦੀ ਚੱਲੋ ਆਪਾਂ ਸਾਰੇ ਜਣੇ ਰੋਟੀ ਚਾਲਦੇ ਆ ਭੈਣਾਂ ਇਨੂੰ ਵੀ ਨਾਲ ਲੈ ਜਾਣਾ ਕਹਿੰਦਾ ਪਾ ਖੇਤ ਚੱਲਦੇ ਆਂ ਭਾਬੀ ਚਲੋ ਸਾਰਿਆਂ ਨੇ ਗੱਡੀ ਚ ਲੈ ਜਾਂਦਾ ਸੀ ਉੱਥੇ ਨਾਈ ਜਾਣਾ ਜਵਾਕਾਂ ਨਾਲ ਖੇਢੀ ਜਾਣਾ ਆਏ ਨਹੀਂ ਸੀਗਾ ਛੋਟੇ ਛੋਟੇ ਜਵਾਕ ਹੋਰ ਵੀ ਆ ਜਾਂਦੇ ਸੀ ਕਹਿੰਦੇ ਅਸੀਂ ਫੋਟੋ ਕਰਾਉਣੀ ਐ ਇੱਥੇ ਝੁੱਗਾਂ ਵਾਲਿਆ ਸਾਡੇ ਤੇ ਉਹਨਾਂ ਨੇ ਵੀ ਆਏ ਨਾ ਹਰੇਕ ਨਾਲ ਫੋਟੋ ਕਰਾਉਂਦਾ ਸੀ ਇਹ ਜਿਹੀ ਆਏ ਨਹੀਂ ਸੀਗਾ ਵੀ ਮਿਲਦਾ ਨਹੀਂ ਸੀ ਵਰਤਦਾ ਨਹੀਂ ਸੀ ਸਾਰਿਆਂ ਨਾਲ ਮਿਲਦਾ ਵਰਤਦਾ ਵਧੀਆ ਸੀ ਵਧੀਆ ਰਹਿੰਦੇ ਸੀਗੇ ਕੁਈ ਇਹ ਤੁਹਾਨੂੰ ਉਹਨਾਂ ਦੀ ਲਾਸਟ ਗੱਲ ਯਾਦ ਹੋਵੇ ਕਿ ਤੁਹਾਡੇ ਨਾਲ ਬੜਾ ਸੋਹਣਾ ਮਿਲ ਕੇ ਗਏ ਹੋਣ ਹੱਸਦੇ ਖੇਡਦੇ ਗਏ ਹੋਣ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਹਾਂਜੀ ਅਸੀਂ ਬਠਿੰਡੇ ਗਏ ਸੀਗੇ ਹਫਤੇ ਤੋਂ ਪਹਿਲਾਂ ਹੀ ਹਫਤਾ ਬਾਅਦ ਹੁੰਦੀ ਹੈ ਮੈਂ ਤੇ ਮੇਰਾ ਬੇਟਾ ਗਏ ਸੀਗੇ ਤੇ ਸਾਡੀ ਮਾਤਾ ਜੀ ਉੱਥੇ ਠਿੱਲੇ ਸੀਗੇ ਇਹਦਾ ਪਤਾ ਲੈਣ ਗਏ ਸੀਗੇ ਤੇ ਉੱਥੇ ਪ੍ਰੋਗਰਾਮ ਲਾ ਕੇ ਜਾਣਾ ਸੀ ਆਂਪਰ ਸਾਰਾ ਅਸੀਂ ਵਾਪਸ ਆਉਣ ਲੱਗੇ ਕਹਿੰਦਾ ਵੀ ਤੁਸੀਂ ਰਹਿਪੋ ਮਾਤਾ ਇਕੱਲੀ ਰਹਿ ਜਾਊਗੀ ਤੇ ਤੁਸੀਂ ਕੱਲ ਨੂੰ ਸਵੇਰ ਚਲੇ ਜਾਏ ਅਸੀਂ ਆਖਾ ਠੀਕ ਹੈ ਤੇ ਮੇਰੇ ਬੇਟੇ ਨੂੰ ਵਧੀਆ ਮੂੰਹ ਚੁੰਮਿਆ ਇਹਦਾ ਆਉਣ ਲੱਗਿਆ ਤੇ ਅਸੀਂ ਆਖਾ ਵੀ ਜਾਣੇ ਆ ਤੇ ਵਧੀਆ ਦਾ ਮੂੰਹ ਚੁੰਮਿਆ ਬੁੱਕਲ ਚ ਲਿਆ ਕਹਿੰਦਾ ਮੈਂ ਆਉਂਗਾ ਥੋੜੇ ਦਿਨਾਂ ਤੱਕ ਇਹ ਨਹੀਂ ਸੀ ਪਤਾ ਵੀ ਸਾਨੂੰ ਵੀ ਆ ਗੱਲ ਹੋ ਚੁਗੀ ਹਾਂਜੀ ਤੁਸੀਂ ਮਨ ਭਰ ਆਏ ਹੋ ਅੱਖਾਂ ਪਰੀਆਂ ਹੋਈਆਂ ਨੇ ਯਾਦ ਆਉਂਦੀ ਅੱਜ ਵੀ ਹਾਂਜੀ ਹਾਂਜੀ ਬਿਲਕੁਲ ਕਿ ਪਰਿਵਾਰ ਦੇ ਵਿੱਚ ਉਸ ਜੀ ਦਾ ਵਿਛੜਨਾ ਜੋ ਬੜਾ ਹੀ ਮੋਹ ਲੈਂਦਾ ਹੁੰਦਾ ਹੈ ਸਾਰੇ ਪਰਿਵਾਰ ਦਾ ਤਾਂ ਭਰਜਾਈ ਦਾ ਤਾਂ ਵੈਸੇ ਦਿਓਰ ਨਾਲ ਬੜਾ ਪਿਆਰਾ ਰਿਸ਼ਤਾ ਹੁੰਦਾ ਹੈ ਔਰ ਭਰਜਾਈਆਂ ਤਾਂ ਹਮੇਸ਼ਾ ਲਾਡਲਾ ਦਿਓਰ ਕਹਿੰਦੀਆਂ ਨੇ ਸੋ ਇਹ ਅੱਜ ਪਾਵਕ ਵੀ ਹੋਏ ਨੇ ਸੋ ਯਾਦ ਤਾਂ ਆਉਂਦਾ ਹੈ ਵਿਛੜਿਆ ਹੋਇਆ ਜੀ ਉਹ ਭਰਾ ਕਹਿੰਦੇ ਕਿ ਸੱਜੀ ਖੱਬੀ ਬਾਹ ਹੁੰਦੇ ਨੇ ਜਦੋਂ ਤਾਂ ਸੁਖਪਾਲ ਸਿੰਘ ਕੁੱਕੀ ਸਾਡੇ ਨਾਲ ਮੌਜੂਦ ਨੇ ਔਰ ਇਹ ਉਹਨਾਂ ਦੇ ਭਰਾ ਨੇ ਔਰ ਅ ਵੀਰ ਜੀ ਮੈਂ ਦਰ ਤੋਂ ਜਾਨਣਾ ਚਾਹਾਂਗੀ ਤੁਮ ਪ੍ਰੀਤ ਹੋਣਾ ਬਾਰੇ ਜਿਸ ਤਰੀਕੇ ਨਾਲ ਕਹਿੰਦੇ ਕਿ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੁੰਦੇ ਆ ਭਰਾ ਜਦੋਂ ਤੁਹਾਡਾ ਭਰਾ ਇਸ ਦੁਨੀਆ ਤੋਂ ਰੁਕਸਤ ਹੋਇਆ ਉਸ ਤੋਂ ਪਹਿਲਾਂ ਦੀ ਗੱਲ ਜਾਨਣਾ ਚਾਹਾਂਗੇ ਕਿਵੇਂ ਦਾ ਮੋਹ ਪਿਆਰ ਸੀ ਤੁਹਾਡਾ ਬਹੁਤ ਜ਼ਿਆਦਾ ਸੀਗਾ ਅਸੀਂ ਤਾਂ ਇਕੱਠੇ ਰਹਿੰਦੇ ਸੀ ਸਾਡੇ ਦੋਨੇ ਪਰਿਵਾਰ ਅਸੀਂ ਇਕੱਠੇ ਰਹਿੰਦੇ ਸੀ ਇੱਥੇ ਤੇ ਬਚਪਨ ਤੋਂ ਨੂੰ ਗਾਉਣ ਦਾ ਸ਼ੌਂਕ ਸੀਗਾ ਪਾਪਾ ਜੀ ਮੇਰੇ ਸੰਗੀਤ ਦੇ ਬਹੁਤ ਮਾਰ ਸੀਗੇ ਪਾਪਾ ਜੀ ਕੋਲੋਂ ਸਿੱਖਦਾ ਰਿਹਾ ਉਸ ਤੋਂ ਬਾਅਦ ਚਲਵੇਲੇ ਕੋਲ ਚਲਾ ਗਿਆ ਉਦੋਂ ਬਾਅਦ ਚ ਡੱਬ ਵਾਲੇ ਕੋਲੇ ਚਲਾ ਗਿਆ ਤੇ 1997 ਦੇ ਵਿੱਚ ਪਹਿਲੀ ਕਸਟ ਆਈ ਸੀਗੀ ਦਿਲ ਨਾਲ ਖੇਡਦੀ ਰਹੀ ਬਸ ਉਦੋਂ ਬਾਅਦ ਤਵਰ ਫੇਮਸ ਹੀ ਹੁੰਦੇ ਰਹੇ ਤੁਹਾਡੇ ਨਾਲ ਮਿਲਦੇ ਹੁੰਦੇ ਜਦ ਤੁਸੀਂ ਤੁਸੀਂ ਵੀ ਜਾਣਦੇ ਹੁੰਦੇ ਸੀ ਖਾੜੇ ਬਹੁਤ 3 ਸਾਲ ਰਹੇ ਹਾਂ ਜੀ ਬਟਿੰਡੇ ਹਾਂ ਨਾਲ ਰਹੇ ਹਾਂ 3 ਸਾਲ ਕੋਰਸ ਵੀ ਬੋਲਦਾ ਸੀ ਦਫ਼ਤਰ ਵੀ ਸੰਭਾਲਦਾ ਸੀ ਤੇ ਉਦੋਂ ਬਾਅਦ ਚ ਫਿਰ ਮੈਂ ਜ਼ਮੀਨ ਲੈ ਲਈ ਮੈਂ ਖੇਤੀ ਕਰਨ ਲੱਗ ਗਿਆ ਤੇ ਬਾਅਦ ਚ ਫਿਰ ਮੈਂ ਨਹੀਂ ਗਿਆ ਪਹਿਲਾਂ ਆਰਥਿਕ ਪੱਖੋਂ ਕਮਜ਼ੋਰ ਸੀ ਫਿਰ ਹੌਲੀ ਹੌਲੀ ਹੌਲਿਓਡ ਆਈ ਹੁੰਦੀ ਗਈ ਹਾਂਜੀ ਹਾਂਜੀ ਪੂਰੀ ਵਧੀਆ ਮਾਲਕ ਦੀ ਕਿਰਪਾ ਨਾਲ ਪੂਰੀ ਚੜ੍ਹਾਈ ਹੋ ਗਈ ਸੀ ਵਧੀਆ ਜ਼ਮੀਨ ਖਰੀਦੀ ਵਧੀਆ ਕੋਠੀ ਪਾਈ ਉੱਥੇ ਮਕਾਨ ਲੈ ਕੇ ਕੋਠੀ ਪਾਈ ਪੂਰਾ ਵਧੀਆ ਸੀ ਜੀ ਪਰ ਜਿੰਨੀ ਕੁ ਪ੍ਰਮਾਤਮਾ ਬਣੀ ਉਹ ਅੱਜੂ ਲਿਖੀ ਸੀਗੀ ਉੰਨੀ ਕੁ ਭੋਗ ਕੇ ਚਲੇ ਜਾਂਦਾ ਬੰਦਾ ਜਿਹੜੇ ਪਹਿਲਾਂ ਨਾਲ ਹੋਇਆ ਕਰਦੇ ਸੀ ਦੋਸਤ ਅਸੀਂ ਐਲਬਮ ਚ ਦੇਖ ਰਹੇ ਹਾਂ ਬਹੁਤ ਸਾਰੇ ਕਲਾਕਾਰ ਆਏ ਸੀ ਹਨਾ ਤਾਂ ਅੱਜ ਕੋਈ ਘਰ ਦੇ ਵਿੱਚ ਮਿਲਣ ਆਉਂਦਾ ਪੁਰਾਣੀ ਸਾਂਝ ਹੈਗੀ ਕਿਸੇ ਨਾਲ ਤੁਹਾਡੀ ਕੋਈ ਕੋਈ ਆਉਂਦਾ ਜੀ ਜਿਵੇਂ ਰਸੀਲਾ ਆਇਆ ਸੀਗਾ ਜਾਂ ਹਰਦੇਵ ਮਾਹੀ ਨੰਗਲ ਕਿਆਣਾ ਸਾਡੀ ਮੰਨ ਲਓ ਕਿ ਪਹਿਲਾਂ ਤੁਸੀਂ ਆ ਜਿਆਦੇ ਪਿਆਰ ਮੁਹੱਬਤ ਉਹ ਆਉਂਦੇ ਆ ਜਦੋਂ ਕਿਤੇ ਆਉਂਦੇ ਆ ਤੇ ਨਹੀਂ ਤਾਂ ਵੈਸੇ ਕੋਈ ਨਹੀਂ ਆਇਆ ਹੋਰ ਕੋਈ ਨਹੀਂ ਆਇਆ ਜਿੱਦਾ ਹੁਣ ਪਿੰਡ ਡੱਬ ਵਾਲੀ ਹੁਣ ਦੇ ਬਹੁਤ ਸਾਰੇ ਜਿਹੜੇ ਗੀਤ ਆ ਧਰਮਪ੍ਰੀਤ ਹੁਣਾਂ ਨੇ ਗਾਏ ਆ ਕਹਿੰਦੇ ਜ਼ਿੰਦਗੀ ਬਦਲੀ ਤਾਂ ਉਹਨਾਂ ਦੀ ਗੀਤਾਂ ਨੇ ਬਦਲਦੀ ਸੀ ਧਰਮਪ੍ਰੀਤ ਦੀ ਤਾਂ ਉਹਨਾਂ ਦੇ ਨਾਲ ਥੋੜੀ ਸਾੰਝ ਹੈਗੀ ਐ ਨਹੀਂ ਨਹੀਂ ਹੁਣ ਤਾਂ ਹੈ ਨਹੀਂ ਜੀ ਹੁਣ ਨਾ ਹੀ ਹੋ ਆਏ ਆ ਨਾ ਹੀ ਆਪਾਂ ਨੂੰ ਕਿਤੇ ਮਿਲੇ ਆ ਤੇ ਨਾ ਹੀ ਇੰਨਾ ਟਾਈਮ ਆ ਕਿਸੇ ਕੋਲੇ ਜਾਣਾ ਆਉਣ ਦਾ ਹੂੰ ਹੂੰ ਸੋ ਮਾਤਾ ਜੀ ਜਦੋਂ ਕਹਿੰਦੇ ਕਿ ਜਦੋਂ ਬੱਚੇ ਨੇ ਸ਼ੁਰੂ ਸ਼ੁਰੂ ਕਰਨਾ ਹੁੰਦਾ ਤੁਸੀਂ ਦੱਸਿਆ ਕਿ ਹਾਲਾਂਕਿ ਛੋਟੇ ਹੁੰਦੇ ਤੁਸੀਂ ਸ਼ੌਂਕ ਸੀਗਾ ਗਾਉਣ ਦਾ ਟੋਲ ਦੇ ਡੱਬੇ ਦਾ ਟੋਲ ਜਾ ਬਣਾ ਕੇ ਗਾਉਂਦੇ ਰਹਿੰਦੇ ਸੀ ਕਦੇ ਘਰ ਦੇ ਚ ਕਦੀ ਟੋਕਿਆ ਕਿਸੇ ਨੇ ਕਿ ਅਸੀਂ ਗਾਇਕੀ ਵਾਲੇ ਲਾਈਨ ਚ ਨਹੀਂ ਜਾਂਦ ਰਾਂ ਤਰਮਪ੍ਰਿਤ ਹੋਣਾ ਨੂੰ ਨਹੀਂ ਸੀ ਜੀ ਟੋਕਿਆ ਬਾਕੀ ਗਾਇਕ ਸਾਡੇ ਕੋਲ ਸਰਜੀਤ ਭੁੱਲਰ ਦਾ ਨੇਰੇ ਪਰੋਂ ਆਵੇ ਦੋ ਤਿੰਨ ਘੰਟੇ ਰਹਿ ਕੇ ਜਾਂਦਾ ਫੋਨ ਫਾਨ ਵੀ ਕਰਦਾ ਰਹਿੰਦਾ ਸਾਰੇ ਕਲਾਕਾਰ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਬੱਚਿਆਂ ਦਾ ਮੇਰੇ ਪੋਤੇ ਦਾ ਪੋਤੀ ਦਾ ਮਾਨ ਕਰਕੇ ਕਿਵੇਂ ਕਹਿਦੀ ਕਿ ਮੈਨੂੰ ਕਹਿੰਦਾ 10 ਮਾਤਾ ਤੈਨੂੰ ਕੀ ਚਾਹੀਦਾ ਮਨਾਪਤ ਮੇਰੇ ਕੋਲ ਬਹੁਤ ਕੁਝ ਹੈ ਤੇ ਜਣੇ ਆਉਂਦੇ ਦਿਲੋਂ ਪਿਆਰ ਕਰਦੇ ਮੇਰੇ ਪੁੱਤ ਨੂੰ ਉਹ ਆਉਂਦੇ ਆ ਉਹ ਗੀਤ ਵੀ ਉਸੇ ਦੇ ਲਾਉਂਦੇ ਆ ਫਿਰ ਧਰਮੀ ਦੇ ਹਾਂ ਤੁਸੀਂ ਕਦੇ ਅੱਜ ਘਰ ਦੇ ਵਿੱਚ ਕਦੀ ਗੀਤ ਲਾ ਕੇ ਸੁਣਿਆ ਕਿ ਦਿਲ ਕੀਤਾ ਸੁਣਨ ਦਾ ਕਿ ਮੈਂ ਆਪਣੇ ਬੇਟੇ ਦਾ ਗੀਤ ਸੁਣਾ ਆਉਂਦੇ ਰਹਿੰਦਾ ਪੁੱਤ ਟੀਵੀ 'ਚ ਹਾਂ ਟੀਵੀ 'ਚ ਆਉਂਦਾ ਰਹਿੰਦਾ ਸੁਣਦੇ ਰਹਿੰਦੇ ਆ ਜਾਂ ਹੁਣ ਆ ਜਿਵੇਂ ਹੁਣ ਉਰੇ ਜਿਵੇਂ ਜਿਵੇਂ ਦਨ ਆਉਂਦੇ ਓਵੇਂ ਆਹ ਨੱਟ ਤੇ ਪਾਈ ਜਾਂਦੇ ਜਿਵੇਂ ਕੁੜੀ ਕੋਈ ਨਮੈਲ ਆ ਮੇਰੀ ਪੁੱਤ ਦੀ ਕੋਲੇ ਜਾਂ ਮੁੰਡੇ ਕੋਲੇ ਆ ਜਾਂਜ ਮੋ ਕੋਕੀ ਕੋਲੇ ਆ ਇਹਨਾਂ ਤੋਂ ਬਹੁਤ ਲੋਕੀ ਪਾਉਂਦੇ ਆ ਵੀ ਕਦੇ ਕੋਈ ਗੀਤ ਪਾਤਾ ਕਦੇ ਕੋਈ ਗੀਤ ਪਾਤਾ ਜਾਂ ਹੋਂ ਟ੍ਰੇਟਰ ਟ੍ਰੇਡ ਮਤਲਬ ਲੱਗੇ ਜਾਂਦੇ ਹੁੰਦੇ ਉਹ ਕੰਨਾਜ ਵੀ ਦੂਰੋਂ ਹੀ ਬਾਜ ਪੈਂਦੀ ਆਡੀ ਪਛਾਣ ਆ ਜਾਂਦੀ ਇਹ ਤਾਂ ਵੀ ਮੇਰੇ ਪੁੱਤ ਦੀ ਗਾਇਟ ਹਾਂਜੀ ਮਨ ਭਰਿਆ ਕਦੀ ਮਾਂ ਕਦੀ ਇਕੱਲੇ ਬਹਿ ਕੇ ਰੋਏ ਹੂੰ ਕਦੀ ਪੁੱਤ ਦੀ ਯਾਦ ਆਈ ਇਦਾਂ ਉਹ ਤਾਂ ਵੱਧ ਰੋਈਦਾ ਸੀ ਕਿਤੇ ਪਰ ਹੁਣ ਮੈਂ ਕਹਿੰਨੀ ਰੋਏ ਤੂੰ ਕੀ ਬਣਦਾ ਅੱਖ ਖਰਾਬ ਕਰ ਲਿਆਂ ਉਹਦੇ ਪੁਲਦ ਦਾ ਕਿਸੇ ਟਾਈਮ ਨਹੀਂ ਕਿਸੇ ਜੀ ਨੂੰ ਨਹੀਂ ਪੁੱਲਦਾ ਤੁਸੀਂ ਕਿਤੇ ਬਠਿੰਡੇ ਵਾਲੇ ਘਰ ਗਏ ਹੋ ਉਸ ਘਰ ਦੇ ਵਿੱਚ ਜਿੱਥੇ ਉਹਨਾਂ ਦੀ ਡੈਥ ਵੀ ਹੋਈ ਆ ਘਰ ਸਾਹਮਣੇ ਰੱਖਿਆ ਹੋਵੇ ਉਸ ਤੋਂ ਬਾਅਦ ਚ ਮੈਂ ਨਹੀਂ ਗਿਆ ਜਦੋਂ ਡੈਥ ਹੋਈ ਆ ਉਹਦੇ ਗਿਆ ਉਸ ਤੋਂ ਬਾਅਦ ਚ ਨਹੀਂ ਗਿਆ ਉਸ ਤੋਂ ਬਾਅਦ ਤਾਂ ਮੈਂ ਬਠਿੰਡੇ ਹੀ ਨਹੀਂ ਗਿਆ ਨਾ ਹੁਣ ਵੀ ਮੈਂ ਉਹਦੇ ਮੁੜ ਕੇ ਆਨ ਥਾਣੇ ਕੋਲੀ ਆ ਬਠਿੰਡਾ ਤੇ ਉਸ ਤੋਂ ਬਾਅਦ ਚ ਆਪਾਂ ਨਹੀਂ ਗਏ ਹਾਂਜੀ ਹਾਂਜੀ ਤੁਸੀਂ ਕਦੇ ਭਾਵੁਕ ਹੋਏ ਹੋ ਧਰਮਪ੍ਰੀਤ ਨੂੰ ਯਾਦ ਕਰਦੇ ਹੋਏ ਬਹੁਤ ਬਹੁਤ ਜ਼ਿਆਦਾ ਬਾਦੂ ਜਾਦਾ ਤਾਂ ਆਉਂਦੀਆਂ ਰਹਿੰਦੀਆਂ ਹੁਣ ਬਹੁਤ ਜਿਆਦਾ ਆਉਂਦੀਆਂ ਤਕਰੀਬਨ ਜਿੰਨੇ ਮੁੰਡੇ ਆਪਣੇ ਯਾਰ ਦੋਸਤ ਆ ਉਹਨਾਂ ਦੇ ਫੋਨ ਫਾਨ ਵੀ ਆਉਂਦੇ ਆ ਕੱਲ ਪਰਸੇ ਫੋਨ ਆਇਆ ਸੀ ਮੁੰਡਾ ਰਾਜਾ ਕੁੰਡਣ ਵਾਲਾ ਬਹੁਤ ਟਾਈਮ ਸਾਡੇ ਕੋਲ ਰਹਿੰਦਾ ਹੁੰਦਾ ਸੀਗਾ ਵੀ ਆਪਾਂ ਬੈਹਨੇ ਆ ਇਕੱਠੇ ਵੀ ਮੇਲੇ ਤੇ ਇਕੱਠੇ ਹੋਵਾਂਗੇ ਬਸ ਉਹਦਾ ਟਾਈਮ ਥੋੜਾ ਜਿਹਾ ਪਹਿਲਾਂ ਸੀਗਾ ਉਹ ਪਹਿਲਾਂ ਆ ਕੇ ਮੁੜ ਗਿਆ ਮੈਂ ਬਾਚ ਗਿਆ ਹਾਂਜੀ ਹਾਂਜੀ ਤਾਂ ਤੁਸੀਂ ਜਿੱਦਾਂ ਮਾਤਾ ਜੀ ਕਹਿੰਦੇ ਮੈਂ ਆਪਣੇ ਪੁੱਤਰੇ ਨੂੰ ਮਿਲਣਾ ਚਾਹੁੰਨੀ ਆ ਦਿਲ ਕਰਦਾ ਤੁਸੀਂ ਕਦੇ ਕਰੋਗੇ ਪਹੁੰਚ ਪੁੱਤਰੇ ਤੱਕ ਕਿ ਹਾਂ ਜੀ ਕੋਈ ਨਹੀਂ ਕਰਦਾ ਵੰਸ਼ਾ ਲਿਆਉਣਾ ਚਾਹੀਦਾ ਉਹ ਤਾਂ ਉਹਨੂੰ ਆਪ ਨੂੰ ਗਿਆਨ ਆ ਜਾਣਾ ਜੀ ਉਹ ਤਾਂ ਐਡੀ ਕੋਈ ਗੱਲ ਨਹੀਂ ਗਈ ਹੁਣ ਸਾਡੇ ਜੀਤੇ ਨੂੰ ਸਾਰਾ ਪਿੰਡ ਡੀਕਦਾ ਵੀ ਕਦੇ ਜੀਤੇ ਦੀ ਪਿਆਰ ਲੱਗੇ ਕਿਦੇ ਉਹ ਇੰਡੀਆ ਆਵੇ ਤੇ ਬੱਚਿਆਂ ਦਾ ਮੋਹ ਤਾਂ ਆਉਂਦਾ ਹੀ ਆ ਹਾਂ ਬੱਚਿਆਂ ਨੂੰ ਤਾਂ ਕੋਈ ਨਹੀਂ ਤਿਆਗਦਾ ਸੋ ਬੱਚਿਆਂ ਦੀ ਬੜੀ ਦਲੇਸ਼ਾ ਕਿ ਐਸੀ ਵੀ ਆਪਣੇ ਤਾਇਆ ਜੀ ਬਾਰੇ ਗੱਲ ਕਰਨੀ ਹੈ ਇਧਰ ਹਰਮਨ ਸਾਡੇ ਨਾਲ ਨੇ ਔਰ ਇਧਰ ਜੋਤ ਨੇ ਕਹਿੰਦੇ ਕਿ ਅਸੀਂ ਆਪਣੇ ਤਾਇਆ ਜੀ ਬਾਰੇ ਕੁਝ ਕਹਿਣਾ ਚਾਹੁੰਦੇ ਅੱਜ ਤੱਕ ਸਾਨੂੰ ਕਿਸੇ ਨੇ ਆ ਕੇ ਪੁੱਛਿਆ ਵੀ ਨਹੀਂ ਹੈ ਸੋ ਮੈਂ ਜੋਤ ਤੋਂ ਪਹਿਲਾ ਸਵਾਲ ਪੁੱਛਾਂਗੀ ਜੋਤ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਹੁਣ ਆਇਲਸ ਕਰਦੀ ਆ ਵੈਸੇ ਮੈਂ ਪਲੱਸ 2 ਕਰ ਲਈ ਹੈਗੀ ਇਹ ਮੈਨੂੰ ਦੱਸਿਆ ਤੁਹਾਡੀ ਮੰਮਾ ਨੇ ਤੁਸੀਂ ਗੌਨ ਦੇ ਬੜਾ ਸ਼ੌਂਕ ਰੱਖਦੇ ਹੋ ਤਾਇਏ ਵਾਲੇ ਗੁਣ ਆਪਣੇ ਪਾਪਾ ਵਾਲੇ ਗੁਣ ਤੁਹਾਡੇ ਚ ਵੀ ਹੈਗੇ ਨੇ ਹਾਂਜੀ ਵੈਸੇ ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਆ ਤੇ ਬਾਹਰ ਕਿਉਂ ਜਾਣਾ ਜੇ ਜੇ ਗਾਉਣ ਨਾਲ ਦਾ ਸ਼ੌਂਕ ਹੈ ਤਾਂ ਨਿਮਰਤ ਖਹਿਰਾ ਵਾਂਗੂ ਪੂਰੀ ਮਿਹਨਤ ਕਰੋ ਤੁਸੀਂ ਮਿਹਨਤ ਵਾਲਾ ਤਾਂ ਕੋਈ ਚੱਕਰ ਨਹੀਂ ਹੈ ਨਾ ਵੀ ਹਾਰਡ ਵਰਕ ਹੈ ਨਾ ਕਰਦੇ ਆ ਕਿ ਪਾਪਾ ਦੇ Song ਵੀ ਬਹੁਤ ਕਾਪੀ ਕਰਤੇ ਆ ਗੋਨੀ ਵੀ ਆ ਹਨਾ ਇੱਕਦੋ ਪਾਪਾ ਦੇ ਕਾਪੀ ਕਰਕੇ ਹੋਰ ਸਾਈਡ ਤੋਂ ਲਿਖੇ ਵੀ ਸੀ ਹੈ ਨਾ ਜੋ ਪਾਪਾ ਦੀ ਡੈਥ ਹੋਈ ਆ ਬਟ ਜਦੋਂ ਦੇ ਪਾਪਾ ਦੀ ਡੈਥ ਹੋਈ ਉਹਦੇ ਬਾਅਦ ਚ ਇਹ ਸੋਚ ਲਿਆ ਸੀਗਾ ਕਿ ਮੈਂ ਸਿੰਗੀ ਨਹੀਂ ਕਰਨੀ ਬਿਕੋਜ਼ ਆਫ ਜੋ ਮੈਂ ਸਕੂਲਿੰਗ ਟਾਈਮ ਪੜ੍ਹਦੀ ਸੀਗੀ ਤੇ ਜਿਹੜੀ ਨੇ ਮੇਰੇ ਨਾਲ ਫਰੈਂਡਸ ਹੁੰਦੇ ਸੀ ਨਾ ਉਹਨਾਂ ਨੇ ਮਤਲਬ ਇਹ ਕਹਿੰਨਾ ਕਿ ਤੂੰ ਸਿੰਗਿੰਗ ਲਾਈ ਦੇ ਵਿੱਚ ਲਾਈਫ ਦੇ ਵਿੱਚ ਜਾ ਸਕਦੀ ਔ ਕਿ ਥੋੜੀ ਤਾਂ سپورਟ ਆ ਮੈਂ ਇਹ ਨਹੀਂ ਸੋchnਾ ਚਾਹੁੰਦੀ ਕਿ ਮੈਂ ਕਿਸੇ ਦਾ ਨਾਮ ਕਰਕੇ ਠੀਕ ਆ ਆਪਦਾ ਨਾਮ ਬਣਾਇਆ ਮੈਂ ਆਪਦਾ ਨਾਮ ਅਲੱਗ ਬਣਾਉਣਾ ਸੋ ਦੈਟ ਕਿ ਮੈਂ ਸਿੰਗਿੰਗ ਨਹੀਂ ਚੁਣੀ ਅੱਛਾ ਤੇ ਅੱਛਾ ਗਾਉਣ ਦਾ ਸਮਾਂ ਗਾਣਾ ਸੁਣ ਸਕਦੀ ਹਾਂ ਤੁਹਾਡਾ ਜਾਂ ਤੁਹਾਡਾ ਕੋਈ ਵੀ ਹਾਂਜੀ ਪਾਪਾ ਦਾ ਹੀ ਹਾਂ ਮੈਂ ਪਾਪਾ ਦਾ ਫੇਵਰਿਟ Song ਸੁਣਾਉਂਗੀ ਵੈਸੇ ਬਹੁਤ ਘੱਟ ਲੋਕਾਂ ਨੇ Song ਸੁਣਾਉਣਾ ਪੁਰਾਣਾ Song ਆ ਤੇਰਾ ਨਾਮ ਦਿਲਦਾਰਾ ਕਹਿ ਤਾ ਸਾਰਾ ਜੱਗ ਦਿੰਦਾ ਵੇ ਮੈਂ ਕਰਕੇ ਵਖਾਣਾ ਤੇਰੇ ਲਈ ਦਿਲਦਾਰਾ ਵੇ ਮੈਂ ਮਰਕੇ ਵਖਾਣਾ ਸਾ ਤੇ ਦੋਬ ਦੇ ਤੂੰ ਬੇੜੀ ਹਾਏ ਡੋਬ ਦੇ ਤੂੰ ਬੇੜੀ ਚਾਹੇ ਅੱਧ ਵਿੱਚ ਘਾਰੇ ਬਸ ਅਸਤਰਾ ਨਹੀਂ ਗਾਸ ਕੀ ਹੋ ਪੁੱਲਗੇ ਤੇਲੀ ਕਾਪੀ ਕਰਨ ਬੋਖੀ ਲੱਗਦੀਆ ਪਾਬੂ ਖਿਓਗੇ ਨੇ ਕਹਿੰਦੇ ਕਾਪੀ ਕਰਨੀ ਹੋਖੀ ਲੱਗਦੀ ਬਿਲਕੁਲ ਜੋ ਉਹਨਾਂ ਨੇ ਉਹ ਗਾਇਆ ਏ ਹਨਾ ਸੋ ਉਹ ਚੀਜ਼ ਜਿਹੜੀ ਹੈ ਉਹ ਕਦੇ ਵੀ ਨਹੀਂ ਕੋਈ ਵੀ ਨਹੀਂ ਗਾ ਸਕਦਾਗਾ ਸੋ ਬੇਟੀ ਰੋਪੀ ਹੈ ਪਾਬੂ ਖਿਓਣਾ ਬੇਟਾ ਤੁਸੀਂ ਸਾਰਿਆਂ ਦੇ ਅੱਖਾਂ 'ਚ ਹੰਝੂ ਆ ਗਏ ਨੇ ਸਾਰੇ ਇਹੀ ਪਾਬੂ ਖੋਗੇ ਨੇ ਆਲੇ ਦੁਆਲੇ ਖੜੇ ਸੀਗੇ ਸੋ ਬੱਚੇ ਵੀ ਰੋਪੇ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਤੁਸੀਂ ਤਾਂ ਉਦੋਂ 2 ਸਾਲ ਦੇ ਸੀਗੇ ਹਾਂਜੀ ਮੈਂ ਕਾਫੀ ਛੋਟੀ ਸੀਗੀ ਜਦੋਂ ਫਸਟ ਟਾਈਮ ਪਾਪਾ ਆਸਟ੍ਰੇਲੀਆ ਟ੍ਰਿਪ ਗਏ ਆ ਸਿੰਘੀਨ ਦੇ ਵਿੱਚ ਤੇ ਉਦੋਂ ਮੈਂ ਬੋਲਦੀ ਨਹੀਂ ਸੀਗੀ ਉਹਨਾਂ ਨੇ ਕਿਹਾ ਕਿ ਜਦੋਂ ਦੇ ਨਾ ਚੁੰਡੀ ਵੱਢ ਦੋ ਇਹ ਰੋਲੂਗੀ ਮੈਨੂੰ ਇਹਨਾਂ ਦੀ ਆਵਾਜ਼ ਸੁਣਨ ਨੂੰ ਅੱਛਾ ਹਾਂ ਜਦੋਂ ਛੁੱਟੀਆਂ ਹੁੰਦੀਆਂ ਮੈਨੂੰ ਲੈ ਕੇ ਆਣਾ ਹਨਾ ਅਸੀਂ ਉੱਥੇ ਖੇਡਦੇ ਰਹੇ ਆ ਤੇ ਮੇਰਾ ਜਿਹੜਾ ਕਜ਼ਨ ਸੀ ਮਾਨ ਮਤਲਬ ਕਿ ਸਾਡਾ ਹੁਣ ਕੰਟੈਕਟ ਨਹੀਂ ਹੈਗਾ ਜਦੋਂ ਛੋਟਾ ਹੁੰਦਾ ਸੀ ਉਹ ਤੋਂ ਅਸੀਂ ਬਹੁਤ ਖੇਡੇ ਆ ਹਾਂਜੀ ਇਨਫੈਕਟ ਜਿਹੜੀਆਂ ਇਹਨਾਂ ਦੋਨਾਂ ਨੇ ਮੇਰੇ ਉਹ ਕਜ਼ਨ ਨੇ ਜਾਂ ਮੇਰੇ ਬ੍ਰਦਰ ਨੇ ਜਿਹੜੀਆਂ ਚੀਜ਼ਾਂ ਨਾ ਨਹੀਂ ਖੇਡੀਆਂ ਉਹ ਮੈਨੂੰ ਸਾਰੀਆਂ ਪਾਪਾ ਨੇ ਪ੍ਰੋਵਾਈਡ ਕਰਵਾਈਆਂ ਸੀ ਛੋਟੇ ਹੁੰਦੇ ਨੂੰ ਬਾਰੀ ਮਤਲਬ ਕਿ ਕੋਈ ਵੀ ਚੀਜ਼ ਹੁੰਦੀ ਸੀ ਇਨਫੈਕਟ ਮੇਰੇ ਭੂਆ ਉਹਨਾਂ ਨੇ ਲੜਾਈ ਕਰਨੀ ਵੀ ਇਹ ਤੁਸੀਂ ਇਕੱਲੀ लाडली ਰੱਖੀ ਆ ਨਾ ਵੀ ਸਾਡੇ ਬੱਚੇ ਉਹ ਮੇਰੇ ਭੂਆ ਦੇ ਬੱਚੇ ਵੱਡੇ ਆ ਉਹ ਕਹਿੰਦੇ ਕਿ ਸਾਡੇ ਬੱਚਿਆਂ ਲਈ ਤੁਸੀਂ ਚੀਜ਼ ਨਹੀਂ ਲਿਆਉਂਦੇ ਵੀ ਇਕੱਲੀ ਇਹਨੂੰ ਹੀ ਕਾਹਤੋਂ ਕੀਤਾ ਤੇ ਮੈਂ ਇਹਨਾਂ ਨਾਲ ਲੜਦੀ ਹੁੰਦੀ ਆ ਵੀ ਤੁਸੀਂ ਮੇਰੀ ਇੱਕ ਵੀ ਨਿਸ਼ਾਨੀ ਜੜੀ ਰਹਿਣੀ ਕਿਉਂਕਿ ਇਹਨਾਂ ਦੋਨਾਂ ਨੇ ਲੜਦਿਆਂ ਨੇ ਮੇਰੀ ਚੀਜ਼ ਤੋੜ ਦੇਣੀ ਇਹ ਮੇਰੀਆਂ ਚੀਜ਼ਾਂ ਨਾ ਖੇਡੀਆਂ ਜਿਹੜੀ ਚੀਜ਼ ਮੈਨੂੰ ਪਾਪਾ ਨੇ ਗੱਡੀ ਆ ਕੋਈ ਵੀ ਹੈਲੀਕਾਪਟਰ ਵਗੈਰਾ ਬਹੁਤ ਚੀਜ਼ਾਂ ਲਿਆ ਕੇ ਦਿੱਤੀਆਂ ਉਹ ਕਿਸੇ ਕੋਲ ਨਹੀਂ ਸੀ ਹੁੰਦੀਆਂ ਮੈਨੂੰ ਬੜਾ ਪ੍ਰਾਊਡ ਹੋਣਾ ਹਨਾ ਕਿ ਮੇਰੇ ਪਾਪਾ ਨੇ ਲਿਆ ਕੇ ਦੇਣੀਆਂ ਚੀਜ਼ਾਂ ਮਾਂ ਨਾਲ ਕਦੇ ਗੱਲ ਨਹੀਂ ਹੁੰਦੀ ਹਨਾ ਮਾਂ ਨਾਲ ਬਿਤਾਏ ਪਲ ਯਾਦ ਹਨਾ ਬਹੁਤ ਜ਼ਿਆਦਾ ਉਹਨੇ ਕਿਹਾ ਨਾ ਉਹ ਕਹਿਣਾ ਚਾਹੂੰਗੀ ਕੁਝ ਅ ਬਸ ਸਦਈਆਂ ਕਿ ਉਹ ਆਦੀ ਲਾਈਫ ਚ ਸਕਸੈਸ ਹੋਏ ਹਨਾ ਬਸ ਵੀ ਇਹਨਾਂ ਦਾ ਪਿਆਰ ਬਣਿਆ ਰਿਹਾ ਵੀ ਬ੍ਰਦਰਸ ਦਾ ਉਹਨਾਂ ਦੇ ਨਾਲ ਤਾਂ ਸ਼ਾਇਦ ਅੱਜ ਇੰਟਰਵਿਊ ਦੇਖਦੇ ਹੋਣ ਸ਼ੱਕਿਆ ਵੇ ਕਿ ਮੇਰੀ ਭੈਣ ਹੀ ਬੁਲਾ ਰਹੀ ਹੈ ਮੈਂ ਆਜੂnga ਵਾਪਿਸ ਐਸੇ ਵਧੀਆ ਜੀ ਆਜੋ ਵੇ ਤਾਂ ਵੇ ਰੋਣਾ ਨਹੀਂ ਹੈ ਪੁੱਤੂ ਬੱਚੇ ਵੀ ਯਾਦ ਕਰਦੇ ਨੇ ਮਾਂ ਨੂੰ ਤਾਂ ਅਸੀਂ ਵੀ ਜ਼ਰੂਰ ਕਵਾਂਗੇ ਕਿ ਮਾਂ ਜੇ ਤੁਸੀਂ ਇੰਟਰਵਿਊ ਦੇਖ ਰਹੇ ਹੋ ਤੇ ਇੱਕ ਵਾਰ ਜ਼ਰੂਰ ਆਇਓ ਤੁਹਾਡੇ ਭੈਣ ਭਰਾ ਜਿਹੜੇ ਤੁਹਾਡੇ ਨਾਲ ਖੇਡਦੇ ਨੇ ਉਹ ਤੁਹਾਨੂੰ ਯਾਦ ਕਰਦੇ ਹਨਮਨ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾਗਾ ਵੀ ਜਿਹੜਾ ਮਨ ਨੂੰ ਲੱਗਦਾਗਾ ਵੀ ਮਤਲਬ ਕਿ ਵੀ ਅਸੀਂ ਵੀ ਗਲਤਾਂਗੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਬਣਦਾ ਮਤਲਬ ਕਿ ਆਪਦੀ ਵੀਦਲ ਵੀ ਆਪ ਵੀ ਆਪਦੀ ਜਗ੍ਹਾ ਤੇ ਸਹੀ ਹੈਗਾ ਆਦੀ ਮੰਮੀ ਨਾਲ ਲਿੰਕ ਰੱਖਿਆ ਵਾ ਪਰ ਉਹਨੂੰ ਫੇਰ ਵੀ ਸੋਚਣਾ ਚਾਹੀਦਾਗਾ ਵੀ ਕੋਈ ਤਾਂ ਚਾਹੀਦਾਗਾ ਕੱਲਿਆਂ ਦਾ ਲਾਈਫ ਥੋੜੀ ਨਿਸਪੈਂਡ ਹੋ ਜਾਂਦੀ ਆ ਬਾਕੀ ਅੱਗੇ ਜਾ ਕੇ ਵੀ ਉਹਨੇ ਹੁਣ ਦੇਖਣਾ ਚਾਹੀਦਾ ਉਹਨੂੰ ਤੁਸੀਂ ਚਾਹਨੇ ਹੋ ਵਿਰਾਜ ਜੀ ਹਾਂਜੀ ਸੋ ਮਾਨ ਨੂੰ ਤਾਂ ਦੋਨੇ ਭੈਣ ਭਾਈ ਯਾਦ ਕਰਦੇ ਨੇ ਕਿ ਅਸੀਂ ਤੋਰਨਲ ਖੇਡੇ ਵੀ ਆ ਤਾਂ ਜ਼ਰੂਰ ਆਵੇ ਸੋ ਅਸੀਂ ਵੀ ਚਾਹਾਂਗੇ ਕਿ ਮਾਨ ਜੇਕਰ ਤੁਸੀਂ ਸਾਡਾ ਇੰਟਰਵਿਊ ਦੇਖ ਰਹੇ ਹੋ ਤਾਂ ਅੱਜ ਤੁਹਾਡੀ ਭੈਣ ਕਹਿੰਦੀ ਕਿ ਮੈਂ ਜਦੋਂ ਛੋਟੀ ਹੁੰਦੀ ਤੁਹਾਣਾ ਖੇਡਦੀ ਸੀ ਅਸੀਂ ਲੜਦੇ ਛਗੜਦੇ ਸੀ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਤਾਂ ਦੇਖੋ ਅੱਜ ਪੋਬ ਨਿਕਲ ਗਿਆ ਭੈਣ ਦੀ ਭੈਣਾਂ ਦਾ ਬੜਾ ਪਿਆਰ ਹੁੰਦਾ ਵੀਰਾਂ ਦੇ ਨਾਲ ਤਾਂ ਅਸੀਂ ਚਾਹਾਂਗੇ ਕਿ ਜ਼ਰੂਰ ਮਾਨ ਤੁਸੀਂ ਇੱਕ ਵਾਰ ਮਿਲਣ ਜ਼ਰੂਰ ਆਇਓ ਸੋ ਬਿਲਕੁਲ ਜੀ ਏਸੀ ਧਰਮਪ੍ਰੀਤ ਹੋਣ ਦਾ ਪਰਿਵਾਰ ਅੱਜ ਪਰ ਜਾਈ ਵੀ ਭਾਵੁਕ ਹੋਏ ਨੇ ਮਾਤਾ ਜੀ ਦੀ ਵੀ ਇੱਕ ਉਡੀਕ ਹੈ ਕਿ ਬੇਸ਼ੱਕ ਮੈਂ ਪੁੱਤ ਤਾਂ ਗਵਾ ਲਿਆ ਪਰ ਪੋਤਾ ਨਹੀਂ ਗਵਾਉਣਾ ਚਾਹੁੰਦੀ ਤਾਂ ਚਾਹੁੰਦੇ ਕਿ ਮੇਰਾ ਪੋਤਾ ਮੈਨੂੰ ਜ਼ਰੂਰ ਮਿਲੇ ਹਰ ਜੀ ਅੱਜ ਪ੍ਰੂ ਪੰਜਾਬ ਟੀਵੀ ਤੇ ਧਰਮਪ੍ਰੀਤ ਉਹਨਾਂ ਦਾ ਬੇਟਾ ਯਾਨੀ ਦੀ ਪਤਨੀ ਇਹ ਇੰਟਰਵਿਊ ਦੇਖ ਰਹੇ ਨੇ ਤਾਂ ਜ਼ਰੂਰ ਚਾਹਾਂਗੇ ਕਿ ਮਤ ਪੇਦ ਹਰ ਪਰਿਵਾਰ ਦੇ ਵਿੱਚ ਹੁੰਦਾ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਵਾਰ ਜ਼ਰੂਰ ਆਇਓ ਔਰ ਜੇ ਤੁਸੀਂ ਨਹੀਂ ਪਰਿਵਾਰ ਦੇ ਨਾਲ ਵਰਤਣਾ ਚਾਹੁੰਦੇ ਪਰ ਬੇਟੇ ਨੂੰ ਜ਼ਰੂਰ ਇੱਕ ਦਾਦੀ ਨੂੰ ਮਿਲਣ ਲੈ ਕੇ ਆਇਓ ਦਾਦੀ ਕਮਰੇ 'ਚ ਬੈਠੇ ਸੋ ਪਹਿਲਾਂ ਵੀ ਗੱਲਾਂ ਕਰ ਰਹੀ ਸੀ ਤੇ ਰੋ ਪੈ ਸੀ ਤੇ ਮਨ ਭਰ ਆਏ ਸੀ ਕਿ ਮੈਂ ਪੁੱਤ ਵੀ ਖੋਇਆ ਨੌ ਵੀ ਤੇ ਪੁੱਤਾਂ ਵੀ ਤਿੰਨ ਜੀ ਮੈਂ ਆਪਣੇ ਘਰ ਦੇ ਖੋਲੇ ਨੇ ਏ ਕਹਿੰਦੀ ਹੈ ਦਾਦੀ ਸੋ ਮੈਂ ਜ਼ਰੂਰ ਕਵਾਂਗੀ ਮਨਪ੍ਰੀਤ ਦੇ ਬੇਟੇ ਨੂੰ ਤੁਸੀਂ ਇੰਟਰਵਿਊ ਦੇਖ ਰਹੇ ਹੋ ਤਾਂ ਆਪਣੀ ਦਾਦੀ ਨੂੰ ਜ਼ਰੂਰ ਇੱਕ ਵਾਰ ਗਲਵਕੜੀ પા ਕੇ ਮਿਲੇ ਕਿਉਂਕਿ ਦਾਦੀ ਦਾ ਮਨ ਬੜਾ ਕੋਮਲ ਹੁੰਦਾ ਹੈ ਆਪਣੇ ਪੋਤੇ ਪੋਤਿਆਂ ਦੇ ਲਈ ਜਾਨ ਕੁਰਬਾਨ ਕਰ ਦਿੰਦੀ ਹੈ ਸਾਰਿਆਂ ਤੋਂ ਝਿੜਕਾ ਵਿਆਪ ਦਾਦੀ ਖਾ ਲੈਂਦੀ ਹੈ ਪਰ ਪੋਤੇ ਪੋਤੀਆਂ ਨੂੰ ਤਿੱਬਾ ਨਹੀਂ ਲੱਗਣ ਦਿੰਦੀ ਸੁਣਦੇ ਹੋ ਤਾਂ ਜ਼ਰੂਰ ਆਇਓ ਤੁਸੀਂ ਸੋ ਹੁਣ ਤੁਹਾਡਾ ਸੀ ਲਵਾ ਗਿਆ ਗਿਆ ਸਹਿਯੋਗੀ ਸਾਥੀ ਮਨਪ੍ਰੀਤ ਦੇ ਨਾਲ ਮਨਦੀਪ ਕੌਰ ਸੰਧੂ ਸਤਿ ਸ਼੍ਰੀ ਅਕਾਲ